तो दोस्तों एक बार फिर तुहाडा सारयां दा तुहाडी अपनी पंजाबी चैनल हिंद पंजाब ते स्वागत है। अज तुहाडे सामने उस शख्स नूं पेश करांगे जिस शख्स ने पंजाब और दिल्ली दी सियासत विच परचू पा के रख्या। द बिग विसल ब्लोअर फ्रॉम कैनेडा। एक जमाने च दिल्ली दे दरबार च वड्डे वड्डे मंत्रियों नाल उठदा बैठदा, उन्हां नाल बिजनेस व्यापार करदा। एक जमाने भगवंत मान दा रिहा दोस्त, जिस दे करे भगवंत मान कैनेडा जाके रुकदा रिहा। की होया की नहीं होया, ये सारियां गल्लां ते असीं अपने वल्लों कोई तबसरा नहीं करांगे। अज दिने कई बार उस विसल ब्लोअर जगमनदीप सिंह समरा नाल साडी गल हुई, रिकॉर्डेड इंटरव्यू हुई जो बहुत लंबी हो गई, तकरीबन एक घंटे के करीब, पर अज उहदा तुहानूं पहला पार्ट जिहड़ा उह सुणावांगे जिहड़ा सिर्फ जगमनदीप ने किवें 9 महीने पंजाब दीआं अड्ड अड्ड जेलां विच कट्टे, क्यों फड़िया गया और किवें वह एक दिन हस्पताल तो फरार हो जाता है। 34 लाख रुपए का समान उहदा पंजाब पुलिस के ताबे च हुंदा है, वह अज तक उन्हें वापस लैना है। किवें भज्जिया, किवें सारा कुछ सोचा, क्यों भज्जिया, किवें किवें करके नेपाल पहुँचे तो वापस कैनेडा पहुँचा। बड़ी लंबी कहानी है, जदोजहदी उस आदमी की ग्रिट की कहानी है कि इन्हें खुले डुले माहौल पैसे वाले माहौल चो कैनेडा चो निकल के जेलों रहना, और जो उन्हें पंजाब दियां जेलों के अंदर के हालत बयान किए तो सारे उन्हां दी अपनी जबानी सुनो। तो चलते हैं सीधे जगमनदीप सिंह कोल ते सुनते हैं उन्हां दियां इस पूरे किस्से नूं लैके गल्लां बातां। ਜਿਵੇਂ ਤੁਸੀਂ ਉਹ ਜਿਹੜੇ 9 ਮਹੀਨੇ ਕੱਟੇ ਤੇ ਫਿਰ ਨਿਕਲ ਕੇ ਕਿਵੇਂ ਗਏ, ਆਈ ਥਿੰਕ ਦੈਟਸ ਦਾ ਮੋਸਟ ਇੰਪੋਰਟੈਂਟ ਪਾਰਟ ਆਫ ਦ ਸਟੋਰੀ। ਹਾਂਜੀ, ਉਹਦੇ ਤੋਂ ਸਾਰੇ ਹੀ ਸ਼ੌਕਡ ਨੇ ਜੀ। ਜਦੋਂ ਮੈਂ ਕੈਨੇਡਾ ਵੀ ਆਇਆ, ਕਈ ਲੋਕਾਂ ਦੇ ਮੂੰਹ ਬੰਦ ਹੀ ਨਹੀਂ ਹੋਏ ਖਾਸਾ ਚਿਰ, ਵੀ ਜਿਵੇਂ ਹੈਰਾਨੀ ਚ ਵੀ ਹੈ ਉਹ ਬੰਦਾ ਪਹੁੰਚ ਗਿਆ। ਜਿਹੜੇ ਲੋਕੀ ਕਹਿੰਦੇ ਜੀ 10-15 ਸਾਲ ਹੋ ਤਾਂ ਗਿਆ, ਹੁਣ ਨਹੀਂ ਆਉਂਦਾ ਬਾਈ। ਓਕੇ, ਬਾਸੀ ਸਾਹਿਬ ਬੜੇ ਖੁਸ਼ ਸੀਗੇ, ਜਗਿੰਦਰ ਬਾਸੀ ਜੀ। ਚਲੋ ਆਪਾਂ ਮੁੱਦੇ ਦੀ ਗੱਲ ਕਰੀਏ ਜੀ। ਕੀ ਹੁੰਦਾ ਨਾ ਜੀ ਪਰਮਾਰ ਸਾਹਿਬ, ਜਦੋਂ ਮੈਂ ਰਿਮਾਂਡ 4 ਦਿਨਾਂ ਤੋਂ ਤਲਵੰਡੀ ਭਾਈ ਠਾਣੇ ਤੋਂ ਬਾਅਦ ਮੁਕਤਸਰ ਜੇਲ੍ਹ ਜਾਂਦਾ, ਮੁਕਤਸਰ ਜੇਲ੍ਹ ਕੋਵਿਡ ਜੇਲ੍ਹ ਬਣਾਈ ਹੋਈ ਸੀ। ਓਕੇ, ਉੱਥੇ 15 ਦਿਨ ਰਹਿਣਾ ਪੈਂਦਾ ਸੀ, ਜੇ ਕਿਸੇ ਨੂੰ ਕੋਵਿਡ ਨਿਕਲ ਆਉਂਦਾ ਸੀ ਫਿਰ ਉਹਦੀ ਸਾਰੀ ਸਾਰੀ ਬੈਰਕ ਨੂੰ ਕੁਆਰੰਟਾਈਨ ਕਰ ਦਿੰਦੇ ਸੀ, ਬੜਾ ਬੁਰੇ ਹਾਲ ਸੀਗੇ। ਓਕੇ, ਮੈਨੂੰ ਜੇਲ੍ਹ ਭੇਜਣ ਵਾਲਿਆਂ ਨੂੰ ਇਹ ਲੱਗਦਾ ਸੀ ਵੀ NRI ਬੰਦਾ ਚਿੱਟਾ ਪਿਆ ਸੀ, ਮੈਂ ਫੁੱਲ ਅਰਗਾ ਜੀ, ਕਪਾਹ ਦੀ ਫੁੱਟੀ ਅਰਗਾ ਜਿਵੇਂ ਕਹਿੰਦੇ ਹੁੰਦੇ। ਉਹ ਕਹਿੰਦੇ ਜਿਹਦੇ ਚੀਕਾਂ ਨਿਕਲ ਜਾਣਗੇ ਤਾਂ 2 ਦਿਨਾਂ 'ਚ ਕਰੋੜ ਲੈ ਕੇ ਆਊ ਥੰਬੀਆਂ। ਓਕੇ, ਅਤੇ ਮੈਂ ਅੰਦਰ ਜਾ ਕੇ ਜੀ, ਮੈਂ ਅਸਲ ਵਿੱਚ ਪਰਮਾਰ ਸਾਹਿਬ, ਮੈਂ ਚਾਹੇ ਪੋਲੀਟੀਕਲ ਫੈਮਿਲੀ ਨੂੰ ਬਿਲੋਂਗ ਕਰਦਾ, ਚਾਹੇ ਬਹੁਤ ਐਸ਼ ਕੀਤੀ ਜ਼ਿੰਦਗੀ 'ਚ, ਪਰ ਸ਼ੁਰੂ ਤੋਂ ਮੇਰੀ ਇਹ ਸੀਗੀ ਵੀ ਮੈਂ 3-3 ਮਹੀਨੇ ਘਰੇ ਨਹੀਂ ਸੀ ਵੜਦਾ, ਜਦੋਂ ਟਰੈਕਟਰ ਚੱਲਦੇ ਜੀ ਝੋਨੇ ਦੀ ਇਹ ਵਾਹੁੰਦੇ ਕਰਚੇ ਜਾਂ ਕੰਬਾਈਨ ਚੱਲਦੀ ਹੋਣੀ ਜੀ, ਉੱਥੇ ਪੱਲੀ ਵਿਛਾਉਣੀ ਸੌਂ ਜਾਣਾ, ਬੜੇ ਫੱਕਰ ਜਿਵੇਂ ਸੁਭਾਅ ਹੁੰਦਾ ਜੀ। ਅਤੇ ਮੈਂ ਜੇਲ੍ਹ 'ਚ ਆਇਆ ਫਿਰਾਂ ਜੀ, ਜਿਵੇਂ ਮੇਲਾ ਹੁੰਦਾ ਉਹ ਬੜੇ ਹੈਰਾਨ ਅੰਦਰ ਵੀ ਜਿਹੜੇ ਮੁਲਾਜ਼ਮ ਹੁੰਦੇ ਆ ਜਾਂ ਹੋਰ। 2.5 ਮਹੀਨੇ ਮੈਂ ਘਰੇ ਨਹੀਂ ਗੱਲ ਕੀਤੀ ਜੀ, ਅਤੇ ਫੋਨ ਸਾਨੂੰ ਮੁਕਤਸਰ ਜੇਲ੍ਹ ਬਹੁਤ ਸਖਤਾਈ ਆ ਜੀ, 15 ਦਿਨਾਂ ਬਾਅਦ ਤਕਰੀਬਨ ਮੈਂ ਡੋਰ ਬੰਦ, 15-20 ਦਿਨਾਂ ਬਾਅਦ ਮੈਂ ਫਿਰੋਜ਼ਪੁਰ ਸ਼ਿਫਟ ਕਰਤਾ ਜੀ ਮੇਰੀ ਫਿਰੋਜ਼ਪੁਰ, ਕਿਉਂਕਿ ਪਰਚਾ ਜੀ ਮੈਨੂੰ ਫਿਰੋਜ਼ਪੁਰ ਜਾਣਾ ਪੈਣਾ ਸੀ। ਅਤੇ ਮੈਨੂੰ ਡਿਪਟੀ ਸਾਹਿਬ ਕਹਿੰਦੇ, ਸੋਹੀ ਸਾਹਿਬ ਸੀਗੇ ਉੱਥੇ, ਵੀ ਤੂੰ ਬਠਿੰਡੇ ਨਾ ਜਾ, ਉੱਥੇ ਫੋਨ ਫੂਨ ਨਹੀਂ ਚੱਲਦੇ, ਤੂੰ ਫਿਰੋਜ਼ਪੁਰ ਜਾ। ਮੈਂ ਉੱਥੋਂ ਹੀ ਆਇਆ ਬਦਲ ਕੇ, ਇੱਕ ਹੋਰ ਮੇਰੇ ਰਿਲੇਟਿਵ ਸੀਗੇ ਉਹ ਵੀ ਉੱਥੋਂ ਮੁਲਾਜ਼ਮ ਰਹਿ ਚੁੱਕੇ ਸੀ। ਤੋ ਫਿਰੋਜ਼ਪੁਰ ਜੇਲ੍ਹ ਬਹੁਤ ਪੁਰਾਣੀ ਜੇਲ੍ਹ ਆ ਜੀ, ਤੁਹਾਨੂੰ ਪਤਾ ਹੋਊਗਾ, ਬਹੁਤ ਜ਼ਿਆਦਾ ਸੱਤਾਂ ਵੀ ਚੋਂਦੀਆਂ ਨੇ, ਬੁਰਾ ਹਾਲ ਆ ਜੀ, ਕੱਚੀ ਆ। ਜਿਵੇਂ ਮੁਕਤਸਰ ਜੇਲ੍ਹ ਤਾਂ ਪੱਕੀ ਜੇਲ੍ਹ ਆ ਜੀ, ਸਾਰਾ ਕੁਛ ਐਨ ਟਿਪ ਟੋਪ ਆ, ਬਠਿੰਡਾ ਫਰੀਦਕੋਟ ਜਿਹੜਾ ਨਵੀਆਂ ਜੇਲ੍ਹਾਂ ਨੇ, ਉਹ ਤਾਂ ਫਿਰੋਜ਼ਪੁਰ ਸਭ ਤੋਂ ਪੁਰਾਣੀ ਜੇਲ੍ਹ ਆ ਜੀ। ਕੋਈ ਸ਼ਹਿਰ ਦੇ ਵਿੱਚ ਆ ਗਈ ਜੀ, ਬਾਹਰੋਂ ਫੈਂਕਾ ਬਹੁਤ ਡਿੱਗਦਾ ਡੇਲੀ, ਜਿਹੜੀਆਂ ਵੱਡੀਆਂ ਵੱਡੀਆਂ ਬਾਲਾਂ ਜਰਦੇ ਦੀਆਂ, ਨਸ਼ੇ ਦੀਆਂ, ਫੋਨ ਉਹਦੇ ਵਿੱਚ ਅੰਦਰ ਬਾਈ ਜੀ,
ਜਿਹੜੀ ਚੀਜ਼ ਬਾਹਰ 10 ਰੁਪਈਆਂ ਦੀ 5 ਰੁਪਈਆਂ ਦੇ ਅੰਦਰ 4 5 ਹਜ਼ਾਰ ਰੁਪਏ ਦੀ ਹੋਈ ਚੀਜ਼ ਜੋ ਮਰਜ਼ੀ ਲੈ ਲਓ ਕੋਈ ਚੱਕਰ ਨਹੀਂ ਉਹ ਤਾਂ ਜਿਵੇਂ ਸੇਫ ਐਗਜ਼ਾਮਪਲ ਫੋਰ ਐਗਜ਼ਾਮਪਲ ਮੰਨ ਲਓ ਜਰਦੇ ਦੀ ਕੁੜੀ ਆ ਜਿਹੜੀ ਬਾਹਰ 5 ਰੁਪਈਆਂ ਦੀ ਹੈ ਜੀ ਉਹ 2500 ਦੀ ਆ ਜਿਹੜੀ 10 ਵਾਲੀ ਆ ਉਹ 3500 ਦੀ ਆ ਜੀ ਤੇ ਫੋਨ ਆ ਜੀ ਗੁਰੂ ਦਾ ਜਿਹੜਾ ਸੈਮਸੰਗ ਗੁਰੂ ਫੋਨ ਆ ਬਾਹਰ ਮੈਨੂੰ ਲੱਗਦਾ 10 12 15 ਹਜ਼ਾਰ ਦਾ ਹੋਊਗਾ ਕਿੰਨੇ ਕੁ ਦਾ ਜੀ ਬਾਹਰ 4 5 ਹਜ਼ਾਰ ਦਾ ਸੀ ਆਈ ਥਿੰਕ ਉਹਦੇ ਅੰਦਰ 15 ਦਾ ਸੀ ਜਿਹੜਾ ਰੈਡਮੀ ਜਾਂ ਓਪੋ ਦਾ ਫੋਨ ਆ ਜੀ ਅੰਦਰ 70 ਫੋਨ ਅੰਦਰ ਹੀ ਮਿਲ ਜਾਂਦੇ ਸੀ ਹੈ ਜੀ ਉਹ ਇਹ ਮੋਬਾਈਲ ਫੋਨ ਅੰਦਰ ਹੀ ਵਿੱਚ ਵਾਲੇ ਬੈਠੇ ਹੁੰਦੇ ਆ ਹਾਂਜੀ ਹਾਂ ਤੁਸੀਂ ਪੇਟੀਐਮ ਕਰਾ ਦਿਓ ਉਹਨਾਂ ਦੇ ਖਾਤੇ 'ਚ ਓਕੇ ਪੇਟੀਐਮ ਤੇ ਸਿਸਟਮ ਚੱਲਦਾ ਜੀ ਉੱਥੇ ਪੇਟੀਐਮ ਕਰਾ ਦਿਓ ਗੂਗਲ ਪੇ ਕਰਾ ਦਿਓ ਤੁਹਾਨੂੰ ਚੀਜ਼ ਮਿਲ ਜੂਗੀ ਆ ਹੈੱਡਫੋਨ ਲੈ ਲਓ ਓਕੇ ਡੋਂਗਲਾਂ ਲੈ ਲਓ ਹੈ ਜੀ ਕੁਛ ਲੈ ਲਓ ਤੁਸੀਂ ਸ਼ਰਾਬ ਤੋਂ ਬਿਨਾਂ ਸਾਰਾ ਕੁਛ ਮਿਲਦਾ ਜੀ ਸ਼ਰਾਬ ਇਕੱਲੀ ਦੀਵਾਲੀ ਵਾਲੇ ਦਿਨ ਓਕੇ ਤੇ ਚਲੋ ਮੈਂ ਬੜੀ ਜੁੱਤੀ ਦੀ ਨੋਕ ਤੇ ਜੇਲ੍ਹ ਕੱਟ ਕੇ ਆਇਆ ਜੀ ਸਾਰੀ ਜੇਲ੍ਹ ਇੱਕ ਪਾਸੇ ਫਿਰੋਜ਼ਪੁਰ ਜੇਲ੍ਹ ਦੇ ਜਿਹੜੇ ਵੀ ਸੁਪਰਡੈਂਟ ਦੇ ਮੁਲਾਜ਼ਮ ਪੁਰਾਣੇ ਨੇ ਜਾਣਦੇ ਨੇ ਜੇ ਉਹ ਵੀਡੀਓ ਦੇਖਣਗੇ ਦੱਸ ਦੇਣਗੇ ਐਨ ਆਰ ਆਈ ਮੈਨੂੰ ਜਾਣਦੇ ਜੀ ਸਾਰੇ ਐਨ ਆਰ ਆਈ ਕਹਿ ਕੇ ਮੈਂ ਜੇ ਵੈਬ ਸੀਰੀਜ਼ ਵੀ ਇਹਤੇ ਕੋਈ ਬਣਾਊਗਾ ਮੈਂ ਉਹਦਾ ਨਾਂ ਵੀ ਐਨ ਆਰ ਆਈ ਰੱਖੂੰਗਾ ਜੀ ਥੱਲੇ ਟੈਗ ਲਾਈਨ ਲਾ ਕੇ ਵੀ ਨੈਵਰ ਰਿਪੀਟ ਇਟ ਵੀ ਜਿਹੜਾ ਮੈਂ ਕੀਤਾ ਹਰੇਕ ਦੇ ਵੱਸ ਦੀ ਗੱਲ ਨਹੀਂ ਐਵੇਂ ਦਾ ਪੰਗਾ ਲੈ ਬੈਠੇ ਤੇ ਬਾਈ ਜੀ ਮੇਰੇ ਨਾ ਹਿੱਪ 'ਚ ਕਿਉਂਕਿ ਮੈਂ ਫੀਮ ਖਾਂਦਾ ਜੀ ਸ਼ੁਰੂ ਤੋਂ ਜੀ 18-19 ਸਾਲ ਦਾ ਲੱਗ ਗਿਆ ਜੀ ਖਾਣ ਜਦੋਂ ਮੈਂ ਜਾਂਦਾ ਜੀ ਤੋੜ ਲੱਗਦੀ ਆ ਬਾਈ ਜੀ ਅੰਦਰ ਦੂਜੇ ਤੀਜੇ ਦਿਨ ਡਰ ਰੰਭਾਟ ਪੈਂਦੇ ਨੇ ਜਿਹੜੇ ਭੁੱਖੀ ਖਾਂਦੇ ਨੇ ਉਹਨਾਂ ਦੇ ਵਾਲੇ ਪੈਂਦੇ ਨੇ ਫੀਮ ਵਾਲੇ ਤਾਂ ਫਿਰ ਵੀ ਕੱਟ ਜਾਂਦੇ ਨੇ ਨੀਂਦ ਦੇ ਟੀਕੇ ਲਵਾਏ ਜੀ ਨੀਂਦ ਦੇ ਟੀਕੇ ਲਵਾਏ ਤੇ ਉਹ ਟੀਕਾ ਕਿਤੇ ਨਾੜ 'ਚ ਲੱਗ ਗਿਆ ਜੀ ਖੱਬੇ 'ਚ ਮੇਰੀ ਹੁਣੇ ਕੈਨੇਡਾ ਜਦੋਂ ਮੈਂ ਆਇਆ ਮੇਰੀ ਹਿੱਪ ਰਿਪਲੇਸ ਹੋਈ ਹੈ ਜੀ ਲੈ ਓਕੇ ਤੇ 9 ਮਹੀਨੇ ਤਾਂ ਉੱਥੇ ਰਹੇ ਜੀ 8-9 ਮਹੀਨੇ ਮੈਂ ਜੂਨ 'ਚ ਗਿਆ ਜੀ 28 ਜੂਨ ਨੂੰ ਮੈਂ ਜੇਲ੍ਹ ਪਹੁੰਚਿਆ ਜੀ ਤੇ ਆਈ ਥਿੰਕ ਮੈਂ ਨਵੰਬਰ 10 ਨੂੰ ਫਰੀਦਕੋਟ ਮੈਨੂੰ ਡੀ ਆਈ ਜੀ ਸਾਹਿਬ ਤਜਿੰਦਰ ਸਿੰਘ ਮੌੜ ਸੀਗੇ ਪ੍ਰਵੀਨ ਕੁਮਾਰ ਸਿੰਘ ਡੀ ਜੀ ਪੀ ਸੀ ਅੱਛਾ ਫੋਨ ਸੀਗੇ ਜੀ ਮੈਂ ਅੰਦਰੋਂ ਹੀ ਕੈਨੇਡੀਅਨ ਅੰਬੈਸੀ ਨੂੰ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤਾਂ ਪਾ ਦਿੰਦਾ ਹੁੰਦਾ ਜੀ ਵੀ ਇੱਥੇ ਐਂ ਕਰਪਸ਼ਨ ਆ 2000 ਰੁਪਈਆ ਮੈਂ ਹਰ ਬੰਦੇ ਨੂੰ ਦੇਣਾ ਪੈਂਦਾ ਫੋਨ ਚਲਾਉਣੇ ਨੇ ਜੇ ਰੋਜ਼ ਦਾ ਹਾਂਜੀ 2000 ਰੁਪਈਆ ਰੋਜ਼ ਦਾ ਨਹੀਂ ਨਹੀਂ ਮੰਥ ਦਾ ਜੀ ਇੱਕ ਬੰਦੇ ਨੂੰ ਜੇ ਹੁਣ ਮੰਨ ਲਓ ਵੀ 2500 ਬੰਦਾ ਦੀ ਗਿਣਤੀ ਆ ਤਾਂ 1500 ਬੰਦਾ ਜੇਲ੍ਹ 'ਚ ਫੋਨ ਜ਼ਰੂਰ ਚਲਾਉਂਦਾ ਗਾ 1500 ਨੂੰ 2000 ਨਾਲ ਮਲਟੀਪਲਾਈ ਕਰ ਲਓ ਤੁਸੀਂ ਮਹੀਨੇ ਦਾ 3 ਲੱਖ ਰੁਪਈਆ ਹਾਂਜੀ ਤੇ ਦੂਸਰਾ ਫੈਂਕਾ ਜਿਹੜਾ ਆਉਂਦਾ ਜੀ ਜਿਹੜੇ ਚਿੱਟਾ ਚੁੱਟਾ ਵੇਚਦੇ ਨੇ ਅੰਦਰ ਸਾਰਾ ਕੁਛ ਵੇਚਦੇ ਨੇ ਉਹ ਦਿੰਦੇ ਨੇ ਜੀ ਉਹਨਾਂ ਨੂੰ ਹਫ਼ਤਾ ਐਡਾ ਕੁ ਨਾ ਜੀ ਕੋਲਗੇਟ ਦਾ ਡੱਬੀ ਦਾ ਢੱਕਣ ਉੱਪਰੋਂ ਖੋਲ੍ਹ ਲਓ ਤੁਸੀਂ ਉਹ ਢੱਕਣ ਇੰਨਾ ਕੁ ਭਰ ਕੇ 5000 ਦਾ ਜੀ ਉਹ ਨਿੱਕਾ ਬਸ ਇੰਨੀ ਕੁ 2-4 ਬਿੱਠਾਂ ਜੀਆਂ ਦਿੰਦੇ ਸੀ ਉਹਨਾਂ ਨੂੰ ਤੇ ਅਸੀਂ ਤਾਂ ਜੀ ਡਿਪਟੀ ਸਾਹਿਬ ਨੂੰ 1 ਲੱਖ ਰੁਪਈਆ ਦਿੱਤਾ ਜਸਵੀਰ ਸਿੰਘ ਡਿਪਟੀ ਸੀ ਕਿ ਰਿਟਾਇਰ ਹੋਣ ਵਾਲੀ ਸੀ ਉਹਨਾਂ ਦੀ ਬੇਟੀ ਆ ਇੱਥੇ ਸਰੀ ਉਹਨਾਂ ਦਾ ਰੈਸਟੋਰੈਂਟ ਉਹਨਾਂ ਨਾਲ ਜਾਣ ਫਿਰਨ ਹੋ ਗਈ ਉਹਨਾਂ ਨੂੰ ਕਹਿ ਦੇਣਾ ਜੀ 2 ਸਟਾਂਕ ਲਿਆ ਦਿਓ 3 ਸਟਾਂਕ ਲਿਆ ਦਿਓ ਤੇ ਲਿਆ ਦਿੰਦੇ ਸੀ ਓਕੇ ਤੇ ਕੀ ਹੁੰਦਾ ਬਾਈ ਜੀ ਮੈਨੂੰ ਫਰੀਦਕੋਟ ਸ਼ਿਫਟ ਕਰ ਦਿੰਦੇ ਡੀ ਆਈ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਆ ਉੱਥੇ ਤੇਰਾ ਇਲਾਜ ਹੋ ਜੂ ਇੱਥੇ ਸਿਵਲ ਹਸਪੀਟਲ ਹੈ ਨਹੀਂ ਕੋਈ ਸਹੂਲਤ ਮਹੀਨਾ ਕੁ ਮੈਂ ਫਰੀਦਕੋਟ ਜੇਲ੍ਹ ਰਹਿੰਦਾ ਜੀ ਮੈਨੂੰ ਸ਼ਿਫਟ ਕਰ ਦਿੰਦੇ ਆ ਉੱਥੇ ਗੱਗੂ ਗਿੱਲ ਸਾਹਿਬ ਦੇ ਵੱਡੇ ਬ੍ਰਦਰ ਦਵਿੰਦਰ ਸਿੰਘ ਗਿੱਲ ਮੇਰੇ ਨਾਲ ਸੀ ਫਰੀਦਕੋਟ ਗੱਗੂ ਗਿੱਲ ਦੇ ਹਾਂਜੀ ਕੀ ਨਾਂ ਉਹਨਾਂ ਦਾ ਦਵਿੰਦਰ ਗਿੱਲ ਜੀ ਹਾਂ ਮੈਂ ਜਾਣਦਾ ਦਵਿੰਦਰ ਗਿੱਲ ਤੁਹਾਡੇ ਵਰਗੇ ਲੱਬੇ ਚੋੜੇ ਆਦਮੀਆਂ ਬਾਣੀ ਕਿਹੜੇ ਨੇ ਮੈਂ ਮਿਲਿਆ ਉਹਨਾਂ ਨੂੰ ਹਾਂਜੀ ਹਾਂਜੀ ਉਹ ਸਰਦਾਰ ਪੱਗ ਬੰਨਦੇ ਆ ਗੱਗੂ ਨਹੀਂ ਬੰਨਦਾ ਦਵਿੰਦਰ ਪੱਗ ਬੰਨਦਾ ਦਵਿੰਦਰ ਬੰਨਦਾ ਹਾਂਜੀ 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 ਓਕੇ ਦਵਿੰਦਰ ਬਾਈ ਜੀ ਉਹਨਾਂ ਨੇ ਬਾਦਲ ਸਾਹਿਬ ਤੋਂ ਰਾਜ ਬਹਾਦਰ ਜੀ ਡੀਨ ਸੀਗੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਉਹਨਾਂ ਨੂੰ ਫੋਨ ਕਰਾਤਾ ਜੀ ਵੀ ਬੰਦੇ ਨੂੰ ਭਾਈ ਜਿੰਨਾ ਚਿਰ ਇਹਦਾ ਇਲਾਜ ਨਹੀਂ ਹੁੰਦਾ ਜੇਲ੍ਹ ਨਹੀਂ ਭੇਜਣਾ ਉਹ ਤੁਹਾਨੂੰ ਹਸਪੀਟਲ 'ਚ ਮਿਲੇ ਫਰੀਦਕੋਟ ਜੇਲ੍ਹ ਮਿਲੇ ਸੀ ਉਹਨਾਂ ਨੂੰ ਰਿਹਾਈ ਹੋ ਗਈ ਸੀ ਕਿਵੇਂ ਦਵਿੰਦਰ ਕਿਵੇਂ ਆ ਗਿਆ ਉੱਥੇ ਉਹਨਾਂ ਦਾ ਕੋਈ ਪੰਚਾਇਤ ਦਾ ਨਹੀਂ ਜੀ ਚੈੱਕਾਂ ਚੁੱਕਾਂ ਦਾ ਕੋਈ ਮਸਲਾ ਸੀਗਾ ਉਹ ਤਾਂ 6 ਸਾਲ ਕੱਟ ਕੇ ਗਏ ਨੇ ਜੀ ਅੱਛਾ ਹਾਂਜੀ ਹਾਂ 6 ਸਾਲ ਕੱਟ ਕੇ ਗਏ ਓਕੇ ਉਹ ਉਹਨਾਂ ਨੇ ਇੱਕ ਫਿਲਮ ਬਣਾਈ ਸੀ ਪੁੱਤ ਜੱਟਾਂ ਦੇ ਬੋਧੀ ਹੋਈ ਸੀ ਪੁਰਾਣੀ ਫਿਲਮ ਉਹਦੇ ਦੇ ਗੀਤ ਮੇਰੇ ਲਿਖੇ ਹੋਏ ਆ ਇਸ ਕਰਕੇ ਮੈਂ ਜਾਣਦਾ ਸਾਰਿਆਂ ਨੂੰ ਹਾਂ 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 ਦਵਿੰਦਰ ਉਹ ਫਿਲਮ ਦੇ ਸਾਰੇ ਗਾਣੇ ਜਿਹੜੇ ਆ ਨਾ ਉਹ ਮੇਰੇ ਲਿਖੇ ਹੋਏ ਆ ਤੇ ਮੈਨੂੰ ਇਸ ਕਰਕੇ ਸਾਰਾ ਟੱਬਰ ਚੜਦਾ ਉਹਨਾਂ ਦਾ ਬੇਟਾ ਜੀ ਭੁਪਿੰਦਰ ਵੀ ਗੁੱਗੂ ਵੀ ਇਹਨਾਂ ਦੇ ਡੈਡੀ ਤੁਲਜੀਤ ਤੇ ਹੁਣੇ ਸਾਰੇ ਜਾਣਦੇ ਆ ਉਹਨਾਂ ਦੀ ਪੋਤੀ ਇੱਥੇ ਆ ਜੀ ਸਰੀ ਉਹਨਾਂ ਦਾ ਬੇਟਾ ਵੀ ਆਉਂਦਾ ਜਾਂਦਾ ਰਹਿੰਦਾ ਕੈਨੇਡਾ ਓਕੇ 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 ਚਲੋ ਹਾਂ ਉੱਥੇ ਚਲੋ ਗਿੱਟੇ ਨੂੰ ਸੰਗਲ ਲੱਗਿਆ ਹੁੰਦਾ ਸੀ ਬਾਈ ਜੀ ਉਹ ਅੱਡ ਵਾਰਡ ਹੁੰਦਾ ਉਦਾਂ ਦੇ ਦੂਜੇ ਮਰੀਜ਼ ਵੀ ਹੁੰਦੇ ਆ ਉੱਥੇ ਜਿਹੜੇ ਗਾਰਡ ਹੁੰਦੇ ਆ ਜੀ ਉਹਨਾਂ ਦੀ 2 ਜਣੇ ਦੀ ਡਿਊਟੀ ਹੁੰਦੀ ਆ 24 ਘੰਟੇ ਤੇ ਫਿਰ 24 ਘੰਟੇ ਦੂਜੇ ਉਹ ਕੀ ਕਰਦੇ ਵੀ ਇੱਕੋ ਹੀ ਆਉਂਦਾ 24 ਘੰਟੇ ਦੂਜੇ 3 ਦਿਨ ਛੁੱਟੀ ਕਰ ਲੈਂਦੇ ਓਕੇ ਉਹਨਾਂ ਨੇ ਉਹ ਵੀ ਖਾਣ ਪੀਣ ਵਾਲੇ ਹੁੰਦੇ ਸੀਗੇ ਜੀ ਹੱਥ ਨੇ 5 ਵਜੇ ਮੇਰੀ ਖੋਲ ਦੇਣੀ ਚੇਨ ਚੱਲ ਬਈ ਮੱਛੀ ਦਾਰੂ
ਹੋਰ ਜਿਹੜੇ ਉੱਥੇ ਜੇਲ੍ਹ ਚੋਂ ਦੋ ਚਾਰ ਬੰਦੇ ਆਏ ਹੁੰਦੇ ਸੀ ਉਹਨਾਂ ਦੇ ਜਿਹੜੇ ਗਾਰਡ ਹੁੰਦੇ ਸੀ ਉਹਨਾਂ ਨੇ ਵੀ ਆ ਜਾਣਾ। ਮੈਂ ਕਹਿੰਦਾ ਜੀ ਮੇਲੇ ਵਾਂਗੂ ਡੇਢ ਦੋ ਮਹੀਨੇ ਉੱਥੇ ਕੱਟੇ ਤੇ ਉਹਨਾਂ ਦੀ ਪ੍ਰੋਬਲਮ ਸੀ ਵੀ ਉਹ ਬੰਦੇ ਨਾ ਥੱਲੇ ਗੱਡੀ 'ਚ ਜਾ ਕੇ ਸੌਂਦੇ ਸੀ, ਵਾਰਡ 'ਚ ਨਹੀਂ ਸੀ ਸੌਂਦੇ, ਦੋ ਤਿੰਨ ਮੰਜ਼ਿਲਾਂ ਦਾ ਹੋਸਪਿਟਲ। ਓਕੇ ਮੈਨੂੰ ਨਾ ਜੀ ਮੈਂ ਜਦੋਂ ਭੱਜਣਾ ਸੀ ਤੇ ਪਣੈਲ ਬਣਾ ਲਿਆ ਸੀ ਆਪਦੇ ਮਨ 'ਚ, ਕਿਸੇ ਦੀ ਮੈਂ ਸਪੋਰਟ ਨਹੀਂ ਲਈ, ਕਿਸੇ ਘਰਦੇ ਦੀ, ਕਿਸੇ ਜੋਤ ਮਿੱਤਰ ਦੀ, ਕਿਸੇ ਦੀ ਵੀ ਐਵੇਂ ਫਸਣਗੇ ਬਾਅਦ 'ਚੋਂ, ਇੰਡੀਆ 'ਚ ਤਾਂ ਮੇਰਾ ਹੈ ਹੀ ਨਹੀਂ ਜੀ ਕੋਈ। ਤੇ ਮੈਂ ਬਾਈ ਜੀ ਪੈਸਾ ਪੂਸਾ ਆਪਦੀ ਜੇਬ 'ਚ ਕਰਕੇ ਆਪਦਾ ਖਾਣ ਜੋਗਾ ਸਮਾਨ ਪਾਈਆ ਕਰਕੇ ਹੱਥ, ਉਹ ਮੈਨੂੰ ਕਹਿਣਾ ਇੰਨਾ ਇੰਨੀ ਵੀ ਤੂੰ ਕੀ ਕਰਨੀ ਆ, ਮੰਗਾਈ ਜਾਂਦਾ ਮੈਂ ਉਹਨਾਂ ਤੋਂ ਹੀ ਮੰਗਾਈ ਜਾਵਾਂ, ਵਧੀਆ ਮੈਨੂੰ ਲਿਆ ਕੇ ਦਿਓ ਟੋਪ ਦੀ ਚੀਜ਼। ਓਕੇ ਮੈਂ ਕਿਹਾ ਯਾਰ ਜੇਲ੍ਹ ਜਾਣਾ ਪੈ ਸਕਦਾ, ਕਦੇ ਵੀ ਲੁਕੋ ਲੁਕੋ ਕੇ ਲੈ ਜਾਵਾਂਗੇ ਅੰਦਰ, ਕੋਈ ਗੱਲ ਨਹੀਂ। ਫਿਰੋਜ਼ਪੁਰ ਸੁਪਰਡੈਂਟ ਸਾਹਿਬ ਵਧੀਆ ਸੀ ਇੱਕ ਦੋਸਤ, ਕਹਿੰਦੇ ਉਹ ਕਹਿੰਦੇ ਭਰਾ ਕਿਹਾ ਤੈਨੂੰ ਗੱਲ ਹੀ ਕੋਈ ਨਹੀਂ, ਜਿਹੜੇ ਐਂਟੀ ਸੀਗੇ ਤੁੰਨ ਕੇ ਰੱਖਿਆ ਜੀ ਉਹਨਾਂ ਨੂੰ, ਤੇ ਫਰੀਦਕੋਟ ਵਾਲੇ ਦਿੱਲੀ ਤੋਂ ਸੀ, ਉਹਨਾਂ ਨਾਲ ਮੇਰੀ ਟਸਲ ਬੜੀ ਸੀ, ਉਹਨਾਂ ਨਾਲ ਸਿੱਧੀ ਸੀ ਜੀ, ਗਾਲਾਂ ਸਿੱਧੀਆਂ ਗਾਲਾਂ ਕੱਢਦਾ ਸੀ ਮੈਂ, ਤੂੰ ਕਰ ਜਿਹੜਾ ਕੁਛ ਕਰਦਾ ਪ੍ਰਵੀਨ ਸਿੰਘ ਨੂੰ ਕਰੂੰਗਾ ਮੈਂ, ਪ੍ਰਵੀਨ ਸਿੰਘ ਨੂੰ ਮੈਂ ਸ਼ਿਕਾਇਤ ਕਰਦਾ ਕਰਾਂ, ਪ੍ਰਵੀਨ ਸਿੰਘ ਉਹਨੂੰ ਕਹਿ ਕਰੇ ਉਹਦੇ ਕੋਲ ਫੋਨ ਕਿੱਥੋਂ ਆ ਗਿਆ, ਹਸਪਤਾਲ ਜਾ ਚੈੱਕ ਕਰ, ਜਦੋਂ ਚੈੱਕ ਕਰਨਾ ਆਇਆ ਕਰੇ ਉਦੋਂ ਮਰੀਜ਼ਾਂ ਮਰੂਜ਼ਾਂ ਨੂੰ ਫੜਾ ਦੇਣਾ ਜੀ। ਤੇ ਚਲੋ ਮੈਂ ਨਾ ਬਾਈ ਜੀ ਉਹਨਾਂ ਨੂੰ ਤੰਗ ਕਰਨ ਲੱਗ ਗਿਆ ਰਾਤ ਨੂੰ ਗਾਰਡ ਨੂੰ ਵੀ ਮੈਨੂੰ ਵਾਸ਼ਰੂਮ ਦੀ ਸ਼ਿਕਾਇਤ ਹੋ ਰਹੀ ਆ ਵੀ ਵਾਸ਼ਰੂਮ, ਉਹ ਜਦੋਂ ਉਹਨੂੰ ਬਾਰ ਬਾਰ ਉੱਠ ਕੇ ਆਉਣਾ ਪਿਆ ਕਰੇ, ਉਹ ਚਾਬੀ ਫੜਾਉਣ ਲੱਗ ਗਏ ਜੀ ਮੈਨੂੰ, ਕਹਿੰਦੇ ਚਾਬੀ ਰੱਖ ਲਿਆ ਕਰ ਆਪੇ ਖੋਲਿਆ ਕਰ ਜਾਏਗਾ, ਤੈਂ ਕਿੱਧਰ ਜਾਣਾ। ਅੱਛਾ ਚਲੋ ਉਹ ਜਨਵਰੀ 27-28 ਦੀ ਗੱਲ ਆ ਜੀ, ਸੁਬਹਾ ਧੁੰਦ ਪੈਂਦੀ ਸੀ, ਮੈਂ ਆਇਆ ਥੱਲੇ, ਪਹਿਲਾਂ ਮੈਂ ਟੈਕਸੀ ਨੂੰ ਕਾਲ ਕੀਤੀ ਰਾਤ ਨੂੰ, ਉਹ ਕਹਿੰਦਾ ਜੀ ID, ਮੈਂ ਕਿਹਾ ਜੀ ID ਤਾਂ ਹੈ ਨਹੀਂ, ਕੈਸ਼ ਪੈਸੇ ਹੈਗੇ। ਫਿਰ ਉਹ ਮੇਰਾ ਬਣਿਆ ਜੀ, ਮੈਂ ਜਦੋਂ ਦਾਰੂ ਦੂਰੂ ਪੀਣ ਜਾਂਦੇ ਸੀ ਨਾ, ਮੈਂ ਦੇਖ ਲੈਂਦਾ ਸੀ ਉੱਥੇ ਐਂਬੂਲੈਂਸਾਂ ਖੜੀਆਂ ਹੁੰਦੀਆਂ ਥੱਲੇ ਪ੍ਰਾਈਵੇਟ। ਅੱਛਾ ਮੈਂ ਕਿਹਾ ਵੀ ਜੇ ਟ੍ਰੇਨ 'ਤੇ ਭੱਜਾਂਗੇ ਤਾਂ ਵੀ ਫਸਾਂਗੇ, ਬੱਸ 'ਤੇ ਭੱਜਾਂਗੇ ਤਾਂ ਵੀ ਫਸਾਂਗੇ, ਨੱਕ ਆਹੂ ਪੁਲਿਸ ਦਾ ਕਿਤੇ ਨਾ ਕਿਤੇ 2-3 ਘੰਟੇ 'ਚ ਪਤਾ ਲੱਗ ਹੀ ਜਾਣਾ, ਜਾਂ ਤਾਂ ਅਰਲੀ ਮੋਰਨਿੰਗ ਭੱਜੀਏ। ਅਤੇ ਮੈਂ 5 ਵਜੇ ਇਹਨੂੰ ਲੋਈ ਲੋਈ ਲੈ ਕੇ ਨਾ ਜੀ, ਐਵੇਂ ਹੀ ਆਪਦੇ ਕੱਪੜੇ ਲੀੜੇ ਉੱਥੇ ਹੀ ਮਹਿੰਗੇ ਬੂਟ ਟੋਟ ਵਗੈਰਾ ਦੇ ਛੱਡ ਕੇ, ਉੱਥੇ ਵੀ ਬੰਦੇ ਨੂੰ ਐਂ ਲੱਗੇ ਵੀ ਵਾਸ਼ਰੂਮ ਗਿਆ ਹੋਇਆ, ਨਹਾਉਣ ਨਹਾਉਣ ਗਿਆ ਹੋਊਗਾ, ਛੱਡ ਕੇ। ਅਤੇ ਮੈਂ ਐਂਬੂਲੈਂਸ ਵਾਲੇ ਨੂੰ ਕਿਹਾ ਬਾਈ ਜਾਣਾ ਪਟਿਆਲੇ PGI ਤੱਕ ਜਾਣਾ, ਹੋਬੀ ਹੋ ਸਕਦਾ ਵੀ ਪਟਿਆਲੇ ਮੈਂ ਡਾਕਟਰ ਸਾਹਿਬ ਨੂੰ ਦਿਖਾਉਣ ਜਾਣਾ ਮੇਰੇ ਐਂ। ਉਹ ਕਹਿੰਦਾ ਵੀ ਆ ਜਾਓ ਜੀ, 14 ਰੁਪਏ ਕਿਲੋਮੀਟਰ ਦੇ ਲੱਗਣਗੇ। ਚਲੋ ਜੀ, ਧੁੰਦ ਬਾਈ ਜੀ ਇੰਨੀ ਕਿ ਬੰਦੇ ਭੈਣ 2 ਫੁੱਟ 3 ਦਿਸੇ, ਬਾਹਰ ਨਿਕਲ ਕੇ ਸ਼ਹਿਰ ਤੋਂ ਕਹਿੰਦਾ ਚਾਹ ਚੂ ਪੀ ਲਈਏ, ਮੈਂ ਪੀ ਲਾ ਖਾ ਲਾ ਭੋਰਾ, ਤਾਂ ਕਿਉਂ ਕਿ ਜੀ ਕੈਮ ਹੋ ਕੇ ਪਿੰਡ ਆਇਆ ਜੀ, ਮੈਂ ਪਿੰਡੋਂ ਮੈਂ ਪੈਸੇ ਪੂਸੇ ਥੋੜ੍ਹੇ ਜ਼ੋਰ ਫੜੇ ਜਾਣ ਪਛਾਣ ਵਾਲਿਆਂ ਤੋਂ, ਅਤੇ ਉਹਨੇ ਮੈਨੂੰ PGI ਸੰਗਰੂਰ ਵਾਲਾ ਜੀ, ਨਹੀਂ ਬਠਿੰਡੇ ਵਾਲਾ ਪਿੰਡ ਤਾਂ ਮੈਨੂੰ, ਮੈਂ ਇਹ ਨਹੀਂ ਕਦੇ ਉੱਥੇ ਗਿਆ ਜੀ, ਮੇਰੇ ਫਾਦਰ ਉਹਨੇ ਵੀ ਛੋਟੇ ਹੁੰਦੇ ਹੀ ਆ ਗਏ ਸੀ ਜਦੋਂ 2-3 ਸਾਲ ਦੇ। ਉੱਥੋਂ ਬਾਈ ਜੀ PGI ਆ ਗਿਆ, ਮੈਂ ਐਂਬੂਲੈਂਸ ਛੱਡਤੀ ਵੀ ਉਹਨੂੰ ਐਂ ਲੱਗੇ ਮੈਂ PGI ਵੀ ਕੋਈ ਮਰੀਜ਼ ਹੀ ਛੱਡਿਆ। ਅਤੇ ਉੱਥੋਂ ਮੈਂ ਤੁਰ ਕੇ ਆਟੋ ਲੈ ਕੇ ਅਤੇ ਟੈਕਸੀ ਸਟੈਂਡ ਤੋਂ ਟੈਕਸੀ ਲੈ ਕੇ ਜੀ ਮੈਂ ਬਨੂੜ ਵੱਲ ਦੀ ਦਿੱਲੀ ਪਹੁੰਚ ਗਿਆ, ਤੋਮਰ ਸਾਹਿਬ ਦੇ ਘਰੇ। ਓਕੇ ਘਰੇ ਗਿਆ ਅਤੇ ਵੀ ਮੈਂ ਕਿਹਾ ਵੀ, ਉਹ ਕਹਿੰਦੇ ਆ ਗਏ, ਮੈਂ ਕਿਹਾ ਹਾਂ ਜੀ ਆ ਗਏ, ਕਹਿੰਦੇ ਬੇਲ ਹੋ ਗਈ, ਮੈਂ ਕਿਹਾ ਨਾ ਬੇਲ ਕਿਹੜੀ ਹੋ ਗਈ, ਵੀ ਛੁੱਟੀ ਮਿਲੀ ਆ ਜਗਾੜ ਨਾਲ ਹੀ ਆਏ ਹਾਂ, ਉਹਨੂੰ ਹੌਲੀ ਹੌਲੀ ਮੈਂ ਦੱਸ ਵੀ ਦਿੱਤਾ। ਤੋਂ ਦਵਿੰਦਰ ਗਿਆ ਹੋਇਆ ਸੀਗਾ ਗਵਾਲੀਅਰ, ਦਵਿੰਦਰ ਦੀ ਵਾਈਫ ਹਰਸ਼ਿਨੀ ਉਹ ਰਾਜਸਥਾਨ ਸੀ, ਮੈਂ ਭਾਬੀ ਜੀ ਮੈਂ ਆ ਗਿਆ ਇੱਥੇ ਅਤੇ ਕੱਲ੍ਹ ਨੂੰ ਜਾਊਂਗਾ ਤੁਹਾਡੇ ਸੂਟ ਕੇਸਾਂ 'ਚ, ਸਮਾਨ ਮੇਰਾ ਦਿੱਲੀ ਜਿਹੜਾ ਏਅਰਪੋਰਟ 'ਤੇ ਆ। ਉਹ ਹਰਸ਼ਿਨੀ ਨੂੰ ਸੀ ਪਤਾ ਵੀ ਮੈਂ ਜੇਲ੍ਹ 'ਚ, ਦਵਿੰਦਰ ਨੇ ਉਹਨੂੰ ਨਹੀਂ ਸੀ ਦੱਸਿਆ, ਦਵਿੰਦਰ ਕਹਿੰਦਾ ਵੀ ਉਹਨੂੰ ਨਾ ਦੱਸੀ। ਫਿਰ ਮੈਂ ਆ ਕੇ ਦੱਸ ਹੀ ਦਿੱਤਾ ਉਹਨੂੰ, ਮੈਂ ਕਿਹਾ ਮੈਂ ਤਾਂ ਜੇਲ੍ਹ 'ਚੋਂ ਆਇਆ, ਕੋਈ ਪ੍ਰੋਬਲਮ ਹੋ ਗਈ ਸੀ ਵੀ ਸੂਟਕੇਸ ਮੈਂ ਕੱਲ੍ਹ ਨੂੰ ਲੈ ਆਊਂ, ਵੀ ਪਹਿਲਾਂ ਮੈਂ ਅੰਬੈਸੀ ਜਾਣਾ, ਵੀ ਦਿੱਲੀ ਅੰਬੈਸੀ ਤਾਂ ਮੈਂ ਜਾ ਨਹੀਂ ਸਕਦਾ, ਟਰੈਪ ਲੱਗਿਆ ਹੋਊ, ਜਾਂ ਚੰਡੀਗੜ੍ਹ ਵੀ ਨਹੀਂ ਜਾ ਸਕਦਾ, ਮੈਂ ਬੰਗਲੌਰ ਜਾਊਂ। ਮੈਂ ਉੱਥੋਂ ਨਾ ਜੀ ਸਰਕਾਰੀ ਬੱਸ 'ਚ ਜੈਪੁਰ, ਜੈਪੁਰ ਤੋਂ ਸਲੀਪਰ ਬੱਸਾਂ ਚੱਲਦੀਆਂ ਨੇ ਗੁਜਰਾਤ ਬੋਂਬੇ ਤੱਕ, ਬੋਂਬੇ ਪਹੁੰਚ ਗਏ ਜੀ, ਮੇਰੇ ਦੋਸਤ ਨੇ ਗੁਜਰਾਤ ਤੋਂ, ਉਹਨਾਂ ਕੋਲ ਰਿਹਾ 2 ਦਿਨ, ਬੋਂਬੇ ਬੂੰਬੇ ਘੁੰਮ ਫਿਰ ਕੇ ਦੇਖ ਕੇ। ਮੈਂ ਤਾਂ ਜਿਵੇਂ ਬਲੌਗਰ ਨਹੀਂ ਘੁੰਮਦੇ ਜੀ, ਐਂ ਨਹੀਂ ਸੀ ਵੀ ਜੇਲ੍ਹ 'ਚੋਂ ਭੱਜੇ ਕੋਈ ਫੜ ਲੂਗਾ, ਐਂ ਸੀ ਜਿਵੇਂ ਬਲੌਗਰ ਘੁੰਮਦੇ ਆ, ਵਿਸ਼ਾਖਾਪਟਨਮ ਉਹ ਸਬਮਰੀਨ ਜੀ ਖੜੀ ਆ, ਉਹ ਦੇਖਣ ਜਾ ਬੜੇ ਕਦੇ, ਜਿਹੜੇ ਜਿਹੜੇ ਸ਼ਹਿਰ 'ਚ ਗਿਆ ਮੈਂ ਘੁੰਮ ਫਿਰ ਕੇ, ਮੈਂ ਹੋਟਲ 'ਚ ਤਾਂ ਜਾਂਦਾ ਹੀ ਨਹੀਂ ਸੀਗਾ ਜੀ, ਸਲੀਪਰ ਬੱਸ 'ਚ ਹੀ ਸੌਂਦਾ ਟਿਕਾ ਕੇ, ਓਕੇ ਉਹਨਾਂ ਨਾਲ ਹੀ ਆੜੀ ਉੜੀ ਪਾ ਲੈਣੀ। 4 ਵਾਰੀ ਮੈਂ ਪਟਨਾ ਸਾਹਿਬ ਗਿਆ ਜੀ, ਪੂਰੇ 4 ਵਾਰੀ, ਕਿਉਂ ਮੈਂ ਟਰਾਈ ਕੀਤਾ ਜੀ ਬੰਗਲਾ, ਪਹਿਲਾਂ ਮੈਂ ਬੰਗਲੌਰ ਗਿਆ, ਉਹ ਕਹਿੰਦੇ ਜੀ ਬੇਲ ਆਰਡਰ ਲਿਆਓ। ਓਕੇ ਬੇਲ ਆਰਡਰ, ਮੈਂ ਕਿਹਾ ਜੀ ਕਿੱਥੋਂ ਲਿਆਓ, ਕਹਿੰਦੇ ਕੰਟਰੀ ਆਊਟ ਕਰ ਲਓ। ਕੰਟਰੀ ਆਊਟ ਮੈਂ ਦੁਬਈ ਦੀ ਟਰਾਈ ਕੀਤੀ ਜੀ, ਨਹੀਂ, ਸ਼੍ਰੀਲੰਕਾ ਦੀ ਟਰਾਈ ਕੀਤੀ, ਨਹੀਂ ਚੱਲਿਆ ਗਾ, ਬੰਗਲਾਦੇਸ਼ ਦੀ ਕੀਤੀ, ਨਹੀਂ ਚੱਲਿਆ ਜੀ, ਉੱਪਰ ਦੀ ਗੁਹਾਟੀ, ਸਿਲੀਗੁੜੀ, ਅਸਾਮ, ਸ਼ਿਲੋਂਗ, ਤ੍ਰਿਪੁਰਾ ਵੱਲ ਦੀ ਬ੍ਰਹਮਪੁੱਤਰ ਨਦੀ ਉੱਪਰ ਦੀ ਨਹੀਂ ਬਣੇ। ਪਟਨਾ ਸਾਹਿਬ ਦੇ 4 ਗੇੜੇ ਲੱਗੇ,
ਪਟਨਾ ਸਾਹਿਬ ਫਿਰ ਮੇਰਾ ਇੱਕ ਬੱਸ ਵਾਲਾ ਦੋਸਤ ਬਣ ਗਿਆ ਸੀ, ਉਹਦੇ ਘਰੇ ਵੀ ਮੈਂ ਰਿਹਾ, ਆਟੋ ਵਾਲੇ ਦੇ ਵੀ ਇੱਕ ਦੇ ਘਰੇ ਰਿਹਾ, ਮਿੱਤਰ ਬਣ ਗਏ ਸੀਗੇ। ਉਹਨਾਂ ਦੇ ਅਕਾਊਂਟਾਂ 'ਚ ਮੈਂ ਪੈਸੇ ਪੂਸੇ ਮੰਗਵਾਉਂਦਾ ਸੀ ਕਨੇਡਾ ਤੋਂ, ਅਤੇ ਉਹਨਾਂ ਨੂੰ ਮੈਂ ਜਦੋਂ ਦੱਸਿਆ, ਮੈਂ ਕਿਹਾ ਜੀ ਅੱਛਾ ਮੈਂ ਆਪਦੀ ਇੰਟਰੋਡਕਸ਼ਨ ਇਹ ਦਿੰਦਾ ਸੀ ਵੀ ਮੇਰੇ ਟਰੱਕ ਨੇ ਇੱਧਰ ਐਕਸੀਡੈਂਟ ਹੋਇਆ, ਟਰੱਕ ਦਾ ਕਿਤੇ ਵੀ ਥਾਣੇ 'ਚ ਡਰਾਈਵਰ ਵੀ ਉਹਨੂੰ ਲੈਣ ਆਇਆ, ਮੈਂ ਛਡਾਉਣ ਆਇਆ ਉਹਨੂੰ, ਅਤੇ ਵੀ ਮੇਰੇ ਕਾਗਜ਼ ਪੱਤਰ ਚੋਰੀ ਹੋ ਗਏ ਰਸਤੇ 'ਚ। ਅਤੇ ਤੋਮਰ ਸਾਹਿਬ ਦੇ ਜਦੋਂ ਮੇਰੇ ਕੋਲ ਨਾ ਜੀ ਇੱਕ ਵਾਰੀ ਤੀਜੇ ਗੇੜੇ ਪਟਨਾ ਸਾਹਿਬ ਜਾਂਦੇ ਨੂੰ ਮੇਰੀ ਫੀਮ ਮੁੱਕ ਗਈ, ਮੈਂ ਵੀ ਭੈਣ ਚੋਂ ਫੀਮ ਪੰਗਾ ਬੜਾ ਪੈ ਗਿਆ, ਮੰਦਸੌਰ ਚੱਲਦੇ ਹਾਂ। ਮੈਂ ਮੰਦਸੌਰ ਗਿਆ ਜੀ, ਉੱਥੋਂ ਨਾ ਮਿਲੀ ਫਸਲ ਖੜੀ, ਇਹ ਦਸੰਬਰ ਦੀ ਗੱਲ ਆ ਜੀ, ਜਨਵਰੀ ਆ ਗਈ ਸੀ, ਨਹੀਂ ਜਨਵਰੀ ਫਰਵਰੀ ਦੀ ਗੱਲ ਆ, ਮਾਰਚ 'ਚ ਕੱਟਦੀ ਹੈ ਨਾ ਜਾਂ ਮਾਰਚ ਪਰ, ਕਿਉਂਕਿ 27 ਨੂੰ ਤਾਂ ਮੈਂ ਭੱਜਿਆ ਜੀ ਜਨਵਰੀ ਨੂੰ। ਇਹ ਐੱਫ ਆਈ ਆਰ ਨੰਬਰ 0049 ਆ ਜੀ, ਫਰੀਦਕੋਟ ਥਾਣੇ। ਕਈ ਲੋਕ ਨਾ, ਕੱਲ੍ਹ ਮੇਰੀ ਇੱਕ ਲੋਕ ਨਾਚ 'ਤੇ ਇੰਟਰਵਿਊ ਸੀ ਵੀ ਜੀ ਕਿਹੜੀਆਂ ਗੱਲਾਂ ਕਰਦੇ, ਕਦੇ ਤੋਮਰ ਸਾਹਿਬ ਨਵਲ ਆ ਜਾਂਦੇ ਨੇ, ਕਦੇ ਉੱਧਰ ਆ ਜਾਂਦੇ ਨੇ। ਤੋਮਰ ਸਾਹਿਬ ਦੇ ਵਿੱਚ ਜਿਹੜੇ ਲੋਕ ਵੀਡੀਓ ਦੇਖਣ ਨਾ ਜੀ ਪਹਿਲਾਂ, ਇਹ ਅੱਡ ਅੱਡ ਡੀਲਾਂ ਨੇ। ਕਈ ਲੋਕ ਕਹਿੰਦੇ ਜੀ ਕਦੇ 500 ਕਰੋੜ ਦੀ, ਕਦੇ 10,000 ਕਰੋੜ ਦੀ ਡੀਲ ਹੁੰਦੀ ਆ ਜੀ। ਜਿਵੇਂ ਮੰਨ ਲਓ ਮੈਨੂੰ 10 ਬੰਦੇ ਜਾਣਦੇ ਨੇ, ਕੋਈ ਕਿਸੇ ਦੀ ਕੋਈ 500 ਕਰੋੜ ਦਾ ਠੇਕਾ, ਉਹਨੇ 100 ਕਰੋੜ ਦੇਣਾ, ਕਿਸੇ ਦਾ 1,000 ਕਰੋੜ ਦਾ ਉਹਨੇ 500 ਦੇਣਾ, ਕਿਸੇ ਦਾ ਮੰਨ ਲਓ ਵੱਡਾ ਹੀ ਕੰਮ ਆ ਉਹਨੇ 2-3,000 ਕਰੋੜ ਦੇਣਾ। ਮੈਂ ਇੰਨਾ ਕੁਝ ਦੱਸਦਿਆਂ ਤੁਹਾਡੇ ਜ਼ਰੀਏ ਵੀ ਭਾਈ ਜਿਹੜੇ ਮੇਰੇ ਹੱਥਾਂ ਵਿੱਚ ਜੀ ਲੰਘੇ ਆ ਉਹ 10,000 ਕਰੋੜ ਆ, ਜਿਹੜਾ ਕਨੇਡਾ ਇਨਵੈਸਟ ਹੋਇਆ ਉਹ 1,200 ਕਰੋੜ ਆ, ਜਿਹੜਾ ਸਿਰਸਾ ਸਾਹਿਬ ਨੇ ਡੋਨੇਸ਼ਨਾਂ ਇਕੱਠੀਆਂ ਕੀਤੀਆਂ ਜਦੋਂ ਆਕਸੀਜਨ ਕੰਸਨਟਰੇਟਰ ਗੁਰਦੁਆਰਾ ਰਕਾਬਗੰਜ ਦੇ ਉੱਪਰ ਹੋਸਪਿਟਲ ਬਣਾਉਣਾ ਸੀ, ਉਹਨਾਂ ਨੇ ਸਿੱਧੀ ਉਹ ਬੇਨਤੀ ਕਰਤੀ ਵੀ ਜਗਬੰਦ ਅਕਾਊਂਟ 'ਚ ਭੇਜ ਦਿਓ, ਕਨੇਡਾ ਲੋਕਾਂ ਨੇ ਮੈਨੂੰ ਡੋਨੇਸ਼ਨਾਂ ਭੇਜੀਆਂ ਨੇ ਜੀ, ਉਹ ਤਕਰੀਬਨ $13,00,000 12.5 ਆਇਆ ਸੀਗਾ ਜੀ, ਉੱਥੋਂ 30,000 ਵਾਪਸ ਭੇਜਿਆ ਇਹਨਾਂ ਨੇ ਉੱਥੇ, ਬਸ ਉਹ ਡਰਾਮਾ ਜਿਹਾ ਕੀਤਾ, ਬੈੱਡ ਬੁੱਡ ਜਿਹਾ ਰੱਖੇ, ਗਿਆ ਉੱਥੇ ਕੋਈ ਨਹੀਂ, ਉਦੋਂ ਖਤਮ ਹੋ ਗਿਆ ਸੀ ਕੋਵਿਡ। ਓਕੇ, ਅਤੇ ਉਹ ਪੈਸਾ ਇਹਨਾਂ ਨੇ ਇੱਥੇ ਸ਼ਟਲ ਰੈਸਟੋਰੈਂਟ ਦੇ ਵਿੱਚ ਉਹ ਇਨਵੈਸਟ ਕੀਤਾ ਜੀ, ਉਹ ਰੈਸਟੋਰੈਂਟ ਦਾ ਮੈਂ ਕੱਢ ਲੂੰਗਾ, ਉਹ ਸਾਰਾ ਕੁਛ ਉੱਥੇ। ਮੈਂ ਅੱਜ ਗੱਲ ਹੋ ਰਹੀ ਸੀ, ਬੀਫ ਹੋ ਗਿਆ, ਦਾਰੂ ਹੋ ਗਈ, ਹੁਣ ਉੱਥੇ ਚੱਲਦੀ ਆ, ਹੁਣ ਇਹ ਜਿਹੇ ਬਿਜ਼ਨਸਾਂ ਦੇ ਵਿੱਚ ਵੀ ਸਿਰਸਾ ਸਾਹਿਬ ਆ ਗਏ। ਅਕਾਲੀ ਦਲ ਨੂੰ ਇਹ ਲੱਗਦਾ ਜੀ ਸਾਡੀ ਫਜੀਅਤ ਹੋ ਰਹੀ ਆ, ਹੁਣ ਜੇ ਫਜੀਅਤ ਹੋ ਰਹੀ ਹੈ ਜੀ ਉਹਨੂੰ ਮੈਂ ਤਾਂ ਰੋਕ ਨਹੀਂ ਸਕਦਾ, ਤੂੰ ਭਾਈ ਤੁਹਾਡੇ ਬੰਦੇ ਨੇ, ਅਕਾਲੀ ਮੈਂ ਆਪ ਅਕਾਲੀ ਪਰਿਵਾਰ 'ਚੋਂ ਹਾਂ, ਪਰ ਜੇ ਫਜੀਅਤ ਹੋ ਰਹੀ ਆ, ਜੇ ਮੈਂ ਇਹ ਗੱਲ ਕਹਿੰਦਾ ਜੀ ਵੀ ਭਗਵੰਤ ਮਾਨ ਦੀਆਂ ਮੇਰੇ ਕੋਲ ਸੀਡੀਆਂ ਨੇ, ਤੇ ਫਿਰ ਇਹ ਵੀ ਸੱਚ ਆ ਜੀ ਵੀ ਸਿਰਸਾ ਸਾਹਿਬ ਨੇ ਕੰਮ ਕੀਤਾ ਜੀ, ਉਦੋਂ ਤੁਹਾਡੇ ਕੋਲ ਅਕਾਲੀ ਦਲ 'ਚ ਸੀ ਕਿ ਹੁਣ ਤੁਹਾਡੇ ਉਹਦੇ ਕਰਕੇ ਫਜੀਅਤ ਹੋ ਰਹੀ ਆ, ਉਹਨੂੰ ਤਾਂ ਮੈਂ ਰੋਕ ਨਹੀਂ ਸਕਦਾ ਜੀ, ਮੈਂ ਤਾਂ ਜਿਹੜਾ ਸੱਚ ਆ ਉਹ ਦੱਸੂ। ਦੂਸਰੇ ਕਈ ਕਹਿੰਦੇ ਨੇ ਭਗਵੰਤ ਮਾਨ ਦੀ ਸੀਡੀ ਪਹਿਲਾਂ ਨਹੀਂ ਕੱਢੀ, ਭਰਾਵੋ ਜਦੋਂ ਪਹਿਲਾਂ ਲੜਾਈ ਹੋਊਗੀ ਇਹਦੀ ਬੇਟੀ ਤੇ ਇਹਦੇ ਬੱਚੇ ਇਹਦੀ ਵਾਈਫ ਨਾਲ, ਉਦੋਂ ਹਲੇ ਡਿਵੋਰਸ ਨਹੀਂ ਸੀ ਹੋਇਆ। ਕਿਹੜੇ ਕੰਮ ਦੀ ਗੱਲ ਹੋਣੀ ਹੈ? ਇਹ 2011 ਦੀ ਹੈ ਜੀ, 2011 'ਚ ਇਹ ਪੀਪਲ ਪਾਰਟੀ ਬਣਾਉਣ ਆਏ ਨੇ, 6-7 ਦਿਨ ਮੇਰੇ ਕੋਲ ਰਹੇ ਨੇ। ਕਈ ਦੋਸਤ ਕਹਿੰਦੇ ਪਿੱਠ 'ਚ ਛੁਰਾ ਮਾਰਿਆ ਫਲਾਨਾ, ਮੇਰੀ 6 ਦਿਨਾਂ ਦੀ ਕਿਹੜੀ ਯਾਰੀ ਹੁੰਦੀ ਹੈ ਜੀ, 6 ਦਿਨ ਯਾਰੀ ਸੀ। ਅੱਛਾ ਮੈਂ ਤਾਂ ਪਿੱਠ 'ਚ ਛੁਰਾ ਮਾਰਿਆ ਜੀ, ਭਗਵੰਤ ਮਾਨ ਸਾਹਿਬ ਮੁੜਦੇ ਨੇ ਇੰਡੀਆ, ਇੱਥੋਂ ਪੈਸਾ $2,50,000 ਇਕੱਠਾ ਕਰਕੇ ਇਹਨਾਂ ਨੂੰ ਦਿੱਤਾ, ਇੱਥੇ ਲੋਕਾਂ ਨੂੰ ਨਾ ਜੀ ਕਿਆ ਕਰਿਆ, ਜੇਬ ਨਹੀਂ, ਅਸੀਂ ਤਾਂ ਤੁਹਾਡਾ 1 ਇੰਚ ਥੱਲੇ ਦਿਲ ਆ ਉਹ ਲੈਣ ਆਏ ਹਾਂ, ਸਾਰੇ ਇਹਨਾਂ ਦੇ ਕਬੂਤਰਬਾਜ਼ੀ ਦੇ ਮੈਨੂੰ ਕਾਂਡ ਪਤਾ ਨਹੀਂ ਜੀ, ਮੇਰੀ ਕੋਈ ਦੋਸਤੀ ਨਹੀਂ ਰਹੀ, ਦੋਸਤੀ ਤਾਂ ਤਰਲੋਕ ਸਾਹਿਬ ਤੋਂ ਜਿਹੜਾ ਇਹਨਾਂ ਦਾ ਜਵਾਈ ਆ 2 ਸਾਲ ਅੱਗੇ ਸੀਗਾ ਫੱਗੂ ਵਾਲੇ ਸਕੂਲ 'ਚ ਪੜ੍ਹਿਆ ਉਹ, ਜੇ ਮੈਂ ਪਿੱਠ 'ਚ ਛੁਰਾ ਮਾਰਿਆ ਜੀ, ਭਗਵੰਤ ਮਾਨ ਸਾਹਿਬ ਮੁੜ ਗਏ ਪੰਜਾਬ, ਇਹਨਾਂ ਨੇ ਚੰਗਾ ਮੋਟਾ ਨਾਵਾਂ ਇਕੱਠਾ ਕੀਤਾ, ਅਤੇ ਸੁੱਖੀ ਸੰਧੂ ਨੇ ਮਾੜੀ ਜਿਹੀ ਚੋਕ ਲਾ ਤੀ ਇਹਨਾਂ ਨੂੰ ਜੀ, ਜਗਮਨ ਇਹ ਕਹਿੰਦਾ ਸਪੋਂਸਰ ਮੈਂ ਕੀਤੀ ਸੀ ਫੇਰੀ, ਅਤੇ ਮੈਂ ਕੀਤੀ ਵੀ ਸੀ ਭਾਈ ਸਾਹਿਬ, ਇਹ ਮਾੜਾ ਜਿਹਾ ਔਖਾ ਭਾਰਾ ਹੋਇਆ ਜੀ, ਮੈਂ ਕਿਹਾ ਤੂੰ ਆਪਦਾ ਕੰਮ ਕਰ, ਤੇਰੀ ਐਕਤੀ ਮੁਰਾਬੀ ਤੇਰੀ ਪੀਪੀਪੀ ਦੇਖ ਲਿਆ ਅਸੀਂ, ਤੁਹਾਡੇ ਕਿੰਨੇ ਕੁ ਭਗਤ ਸੂੰ, ਤੁਸੀਂ ਕਿੰਨੀ ਕੁ ਤੁਸੀਂ ਮਿੱਟੀ ਦੀ ਸਹੁੰ ਕੀਤੀ ਹੈ। ਚਾਹੇ ਮਨਪ੍ਰੀਤ ਬਾਦਲ ਵੀ ਹੈ ਜੀ, ਜਿੱਦਣ ਮਨਪ੍ਰੀਤ ਬਾਦਲ ਕਾਂਗਰਸ ਚੱਲਿਆ ਗਿਆ ਆਪਾਂ ਉਹਦੇ ਨਾਲ ਵੀ ਨੱਤ ਤੋੜਤਾ, ਬਿਲਕੁਲ ਪੀਪਲ ਪਾਰਟੀ ਨੂੰ ਵੀ ਤੋੜਤਾ ਜੀ, ਜਿੱਦਣ ਇਹ ਮਾੜਾ ਜਿਹਾ ਔਖਾ ਭਾਰਾ ਹੋਇਆ। 11 ਨੂੰ ਇਹ ਸਾਨੂੰ ਇੱਥੇ ਆ ਕੇ 21 ਮਾਰਚ ਨੂੰ ਮਿਲਦਾ, 27 ਨੂੰ ਇਹ ਵਾਪਸ ਜਾਂਦਾ, ਇਹਦੇ ਫਾਦਰ ਦੀ ਡੈਥ ਹੋ ਜਾਂਦੀ ਹੈ, USA ਰੈਲੀਆਂ ਕਰਦਾ ਫਿਰਦਾ ਸੀਗਾ, ਘਰੇ ਜਾਂਦਾ, ਇਹਨਾਂ ਦੇ ਘਰੇ ਕਲੇਸ਼ ਪੈਂਦਾ, ਇਹਦੀ ਮਾਤਾ ਹੱਥ ਨਹੀਂ ਲਾਉਣ ਦਿੰਦੀ ਅਰਥੀ ਨੂੰ, ਅਤੇ ਉਹ ਮਨਪ੍ਰੀਤ ਹੋਣੀ ਜੋ ਹੋਣੀ ਕਹਿ ਕੇ ਸੰਸਕਾਰ ਕਰਾਉਂਦੇ ਆ, ਅਤੇ ਆਹ ਕੁਛ ਇਹਨਾਂ ਦੇ ਘਰੇ ਹੁੰਦਾ। ਉਹ ਮਾਤਾ ਜਿਹੜੀ ਭੈਣ ਜੀ ਅੱਜ ਪਾਈ ਫਿਰਦੇ ਭਾਈ ਚੂੜੇ ਅਤੇ ਕੜੇ, ਉਹਨਾਂ ਨੂੰ ਵੈਨ ਸੀਗਾ ਉੱਥੇ ਵੜਨਾ, ਉਹ ਤਾਂ ਉਹਨਾਂ ਦੇ ਸਾਲੀ ਵੀ ਦੱਸ ਸਕਦੀ ਆ ਜੋ ਉਹਨੇ ਪਹਿਲਾਂ ਇਲਜ਼ਾਮ ਲਾਏ ਨੇ, ਉਹਨਾਂ ਦੀ ਵਾਈਫ ਦੱਸ ਸਕਦੀ ਆ ਵੀ ਕਿੱਡੇ ਕੁ ਭਾਈ ਇਹ ਮੁੱਖ ਮੰਤਰੀ ਸਾਹਿਬ ਬਹੁਤ ਉਹ ਸੀਗੇ, ਇਹ ਤਾਂ ਬਟੇਰਾ ਆ ਗਿਆ ਜੀ ਪੈਰ ਥੱਲੇ। ਪਰ ਮੈਨੂੰ ਜੇ ਕੋਈ ਕਹੇ ਵੀ ਅਕਾਲੀ ਦਲ ਦੀ ਫਜੀਅਤ ਹੁੰਦੀ ਹੈ ਜੀ, ਇਹਦੇ ਵਿੱਚ ਨਾ ਮੈਂ ਕਾਂਗਰਸੀ ਹਾਂ ਜੀ, ਨਾ ਮੈਂ ਅਕਾਲੀ ਹਾਂ, ਨਾ ਮੈਂ ਪੀਪਲ ਪਾਰਟੀ, ਮੈਂ ਤਾਂ ਕਿਸੇ ਪਾਰਟੀ ਦਾ ਹੀ ਨਹੀਂ, ਮੈਂ ਤਾਂ ਕੈਨੇਡੀਅਨ ਸਿਟੀਜ਼ਨ ਹਾਂ, ਮੈਂ ਕੀ ਟਿੰਡੀਆਂ ਲੈਣੀਆਂ ਸੋਤੋਂ, ਨਾ ਮੈਂ ਅਕਾਲੀ ਦਲ ਤੋਂ ਕੋਈ ਤਾਜ ਲੈਣੇ ਨੇ, ਨਾ ਮੈਂ ਕੋਈ ਕਾਂਗਰਸ ਵਾਲਿਆਂ ਤੋਂ ਕੋਹੇ ਨੂਰ ਦਾ ਹੀਰਾ ਮੁਫ਼ਤ 'ਚ ਜਾਣਾ, ਪੋਲੀਟਿਕਸ ਕੱਢ ਕੇ ਖਾ ਗਏ ਤੁਸੀਂ ਸਾਰੇ ਸੂਬੇ ਨੂੰ,
ਤੁਸੀਂ ਕਿੱਥੇ ਪੁਰਾਣੇ ਪੋਲੀਟੀਸ਼ੀਅਨਾਂ ਦੇ ਬਰਾਬਰ ਇਹ ਬਣ ਜਾਣਗੇ ਜੀ? ਮੈਂ ਤਾਂ ਸਪਸ਼ਟ ਗੱਲਾਂ ਕਰਦਾ, ਨਾ ਮੈਨੂੰ ਮੌਤ ਦਾ ਡਰ ਆ, ਨਾ ਮੈਨੂੰ ਇਹ ਮੇਰੇ ਜਵਾਕਾਂ ਨੂੰ ਕੋਈ ਮਾਰ ਜੂ ਕੱਲ ਨੂੰ। ਉਹ ਤਾਂ ਲਿਖੀ ਆ ਜੀ, ਫਿਰ ਅਸੀਂ ਕਹਿੰਦੇ ਉਹ ਤਾਂ ਲਿਖੀ ਹੁੰਦੀ ਆ, ਜਿਹਦੇ ਗੋਲੀ 'ਤੇ ਮੇਰਾ ਨਾਂ ਲਿਖਿਆ ਉਹ ਮੈਨੂੰ ਮਾਰ ਜੂ, ਜਿਹੜੀ ਦੇ ਮੇਰਾ ਲਿਖਿਆ ਉਹ ਮੈਂ ਠੋਕੂ ਢੂਕਣੇ 'ਚ। ਪਰ ਇਹ ਜਿਹੜੀਆਂ ਸੀਰੀਜ਼ ਦੀ ਤੁਸੀਂ ਗੱਲ ਕਰਦੇ ਹੋ, ਇਹ ਬਣਾਉਣ ਦੀ ਲੋੜ ਕੀ ਪੈ ਗਈ ਸੀ ਜਾਂ ਕਿਸੇ ਹੋਰ ਨੇ ਬਣਾ ਕੇ ਤੁਹਾਨੂੰ ਦਿੱਤੀਆਂ, ਜਾਂ ਕਿਵੇਂ ਹੋਇਆ ਸੀ ਉਹ? ਭਗਵੰਤ ਮਾਨ ਦੀ ਜੀ? ਹਾਂਜੀ। ਨਹੀਂ ਉਹ ਮੈਂ ਤੋਮਰ ਦੇ ਬੇਟੇ ਦੀਆਂ ਆਟੋਮੈਟਿਕ ਰਿਕਾਰਡ ਹੋਈਆਂ ਨੇ, ਮੈਂ ਜੋ ਰੂਮ ਦੀ ਵੀ ਫੋਟੋ ਪਾਈ ਆ ਮੈਂ ਤੁਹਾਨੂੰ ਵੀ ਭੇਜ ਦੂ, ਜਿੱਥੇ ਉਹ ਰਿਕਾਰਡ ਹੋਈਆਂ ਨੇ ਤੁਹਾਨੂੰ ਪਤਾ ਲੱਗ ਜੂ, ਉੱਥੇ ਜਿਵੇਂ ਡਰੋਨ ਕੈਮਰਾ ਨੇ ਸਾਡੇ ਜੀ। ਓਕੇ, ਉਹ ਤਾਂ ਉੱਦਾਂ ਰਿਕਾਰਡ DVR ਚੋਂ ਮੈਨੂੰ ਭੇਜਤੇ, ਮੈਨੇਜਰ ਨੇ ਮੇਰੇ ਕੋਲੇ ਰਹਿ ਗਈਆਂ। ਇਹ 7 ਵੀਡੀਓ ਨੇ ਜੀ, ਇਹ ਲਖਵੀਰ ਸਿੰਘ ASI ਆ, ਲੱਭ ਲਿਓ ਤੁਸੀਂ ਹੁਣ ਸ਼ਾਇਦ ਉਹ ਸਿੱਟ ਦੇ, ਉਹ ਜਿਹੜੀ ਹੁੰਦੀ ਆ ਤੁਹਾਡੀ ਬਣਾਈ ਹੋਈ ਟਾਸਕ ਫੋਰਸ ਜੀ, ਉਹਦੇ 'ਚ ਆ। ਉਹਨਾਂ ਕੋਲ ਇਹ ਫੋਨ ਆ, Apple 8, ਮੇਰੀ ਇੱਕ ਹੀਰੇ ਦੀ ਮੁੰਦਰੀ ਆ 27 ਲੱਖ ਦੀ, $8,000 ਆ ਜਿਹੜਾ ਇਹਨਾਂ ਨੇ ਜਾਮਾ ਤਲਾਸ਼ੀ ਪਾਇਆ। SHO ਸੀ ਰਾਮ ਸਿੰਘ, ਠੀਕ ਹੈ ਜੀ। ਬੇਲ ਹੁੰਦੀ ਚਲੋ ਮੈਂ ਲੈ ਲੈਂਦਾ ਜਾ ਕੇ ਉਹ ਚੀਜ਼ਾਂ, ਤੇ ਇਹਨਾਂ ਨੇ ਆਹ ਕੁਛ ਕੀਤਾ ਪੰਜਾਬ ਪੁਲਿਸ ਨੇ ਵੀ, ਦੱਸੋ ਤੁਹਾਡੇ ਕੋਲ ਘੱਟੋ ਘੱਟ ਨਹੀਂ ਤਾਂ 30-35 ਲੱਖ ਦਾ ਸਮਾਨ ਹੈ NRI ਦਾ, ਦੱਸੋ ਭਾਈ ਕਿਹਦੇ ਕੋਲ ਆ ਉਹ? ਮੈਂ ਤਾਂ ਉਹ ਵੀ ਸਵਾਲ ਉਠਾਉਂਦਾ ਜੀ। ਦੂਸਰਾ, ਮੇਰਾ ਕਿਸੇ ਪੋਲੀਟੀਕਲ ਨਾਲ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਜੀ, ਠੀਕ ਆ, ਜਾਣ ਪਛਾਣ ਹੈਗੇ ਜਿਹਨਾਂ ਨਾਲ ਹਾਏ ਹੈਲੋ ਓਕੇ ਆ। ਮੈਂ ਤਾਂ 23 ਸਾਲਾਂ ਤੋਂ ਮੈਂ ਪਰਮਾਰ ਸਾਹਿਬ ਕਨੇਡਾ 'ਚ ਰਹਿਣਾ, ਪ੍ਰਧਾਨਗੀਆਂ ਦੇਣ ਵੇਲੇ ਹੋਰਾਂ ਨੂੰ ਵੰਡੀ ਜਾਂਦੇ ਹੁੰਦੇ ਸੀ, ਜਦੋਂ ਚੰਦੂ ਮਾਜਰਾ ਸਾਹਿਬ ਨਾਲ ਫੋਨ ਕਰਨਾ ਜੀ ਵੀ ਪ੍ਰਧਾਨਗੀ ਆ ਅੱਗੇ ਭਾਈ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਨੌਜਵਾਨ ਆ, ਹਾਂ ਹਾਂ ਕਰਦੇ ਹਾਂ। ਇੰਨੇ ਨਾ ਫਲਾਨੀ ਮੈਂ ਫਾਊਂਡੇਸ਼ਨ ਬਣਾਈ ਆ, ਉਹ ਮੇਰੇ ਬਾਬਾ ਜੀ ਦੇ ਪਤਾ ਨਹੀਂ ਕਿਹਦੇ ਨਾਂ 'ਤੇ, ਇੰਨੇ ਪੈਸੇ ਭੇਜ ਦਿਓ ਉਹਦੇ ਵਿੱਚ, 5 ਲੱਖ ਭੇਜ ਦਿਓ, 10 ਲੱਖ ਭੇਜ ਦਿਓ, ਰੱਜਿਆ ਹੋਣਾ ਫੀਮ ਨਾਲ। ਇਹਨਾਂ ਨੂੰ ਸਾਡੇ ਦਾਦਿਆਂ ਪੜਦਾਦਿਆਂ ਨੇ ਬਣਾਇਆ, ਮੇਰੇ ਦਾਦੀ ਜੀ ਉਹਨਾਂ ਨੇ ਜਦੋਂ ਟਿਕਟਾਂ ਵੱਢਦੇ ਹੁੰਦੇ ਜੀ, ਬਲਦੇਵ ਸਿੰਘ ਮਾਨ ਅਤੇ ਰਜੀਤ ਸਿੰਘ ਬਾਲੀਆਂ ਬਾਹਰ ਹੱਥ ਬੰਨੀ ਖੜੇ ਹੁੰਦੇ ਜੀ ਸਾਡੇ ਘਰੇ, ਐਡਾ ਸੀ ਪ੍ਰਤੀਸ਼ਨ ਉਹਨਾਂ ਦਾ, ਇਹ ਕਿੱਥੇ ਉਹਨਾਂ ਦਾ ਮੁਕਾਬਲਾ ਕਰ ਲੈਣਗੇ। ਚਲੋ ਮੈਂ ਉੱਥੋਂ ਨਿਕਲ ਕੇ ਜੀ ਤੋਮਰ ਸਾਹਿਬ ਦੇ ਘਰੇ ਰਿਹਾ 7-8 ਦਿਨ, ਪੂਸਾ 'ਚ ਮੈਂ ਰਿਹਾ। ਪੂਸਾ ਕੀ ਆ ਜੀ, ਐਗਰੀਕਲਚਰ ਡਿਪਾਰਟਮੈਂਟ ਮਨਿਸਟਰੀ ਦੇ ਅੰਡੇ ਇੱਕ ਬਹੁਤ ਵੱਡਾ ਕੰਪਲੈਕਸ ਆ, ਉਹ 'ਚ ਠਹਿਰ ਜਿਵੇਂ ਆਪਣਾ ਕਹਿੰਦੇ ਪੰਜਾਬ ਭਵਨ ਆ, ਉਵੇਂ ਪੂਸਾ ਦਿੱਲੀ, ਤੁਸੀਂ ਸ਼ਾਇਦ ਜਾਣਦੇ ਹੋ। ਅਤੇ ਜੀ ਉੱਥੋਂ ਮੈਂ ਨੇਪਾਲ ਫਿਰ ਨਿਕਲਣਾ ਜੀ, ਨੇਪਾਲ ਤੋਂ ਫਿਰ ਮੈਂ ਪਹਿਲਾਂ ਨੇਪਾਲ ਦਾ ਵੀਜ਼ਾ ਮੈਨੂੰ ਲੈਣਾ ਪੈਂਦਾ ਜੀ, 15 ਲੱਖ ਰੁਪਈਆ ਉਹ 'ਤੇ ਲੱਗਦਾ ਮੇਰਾ, ਕਿਉਂਕਿ ਉਹ ਨੇਪਾਲ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਇਹਦੇ 'ਤੇ ਕੇਸ ਨੇ, ਉਹ 7 ਲੱਖ ਤੋਂ 15 'ਤੇ ਪਹੁੰਚ ਜਾਂਦੇ ਨੇ ਵੀ ਬੰਦਾ ਫਸਿਆ ਹੋਇਆ, ਝਾੜ ਲਓ ਅੱਜ। ਫਿਰ ਉਹ ਦੋ ਦਿਨਾਂ ਦਾ ਮੈਨੂੰ ਡਿਪੋਰਟ ਦਾ ਨੋਟਿਸ ਦਿੰਦੇ ਆ ਜੀ ਉੱਥੋਂ ਨੇਪਾਲ ਤੋਂ। ਫਿਰ ਕਿਉਂਕਿ ਮੈਂ ਕੰਟਰੀ ਆਊਟ ਕਰ ਗਿਆ ਜੀ, ਫਿਰ ਕੈਨੇਡਾ ਗਵਰਨਮੈਂਟ ਮੈਨੂੰ ਉੱਥੋਂ ਲਿਫਟ ਕਰਦੀ ਹੈ ਜੀ, ਉਹ ਜਿਵੇਂ ETD ਹੁੰਦੀ ਆ ਉਹਨੂੰ ਕਹਿੰਦੇ ਐਮਰਜੈਂਸੀ ਟਰੈਵਲ ਡਾਕੂਮੈਂਟ, ਉਹ ਇਹ ਸਾਰੇ ਪ੍ਰੂਫ ਮੈਂ ਤੁਹਾਨੂੰ ਵਟਸਐਪ ਕਰ ਦੂੰਗਾ, ਤੁਸੀਂ ਨਾਲ ਦੀ ਨਾਲ ਇੰਟਰਵਿਊ 'ਚ ਲਾ ਸਕਦੇ ਹੋ। ਅਤੇ ਇਹ ਕਹਾਣੀ ਜੀ, ਮੈਂ 21 ਜੂਨ 2021 ਨੂੰ ਘਰੋਂ ਜਾਂਦਾ, ਦੂਜੇ ਦਿਨ ਮੈਂ ਉੱਥੇ ਰਿਮਾਂਡ 'ਤੇ ਚਲਿਆ ਜਾਂਦਾ, ਜੇਲ੍ਹ ਜਾਂਦਾ, 4 ਅਪ੍ਰੈਲ 2022 ਨੂੰ ਮੈਂ ਆਪਦੇ ਘਰੇ ਪਹੁੰਚਦਾ ਜੀ ਦੁਬਾਰੇ ਵਾਪਸ, ਤਕਰੀਬਨ ਸਾਲ ਹੀ ਹੋ ਗਿਆ, ਪਰ ਹਿੱਕ ਦੇ ਜ਼ੋਰ 'ਤੇ ਕੱਟ ਕੇ ਆਇਆ ਜੀ, ਕਦੇ ਘਰਦਿਆਂ ਮੂਹਰੇ ਨਹੀਂ ਰੋਇਆ ਵੀ ਮੈਂ ਮਰ ਗਿਆ ਜੀ, ਮੈਨੂੰ ਡੁੱਬ ਗਿਆ ਜੀ, ਚੱਕ ਲਓ ਜੀ, ਮੈਂ ਤਾਂ ਉਹ ਜੀ, ਅਤੇ ਹਿੱਕ ਦੇ ਜ਼ੋਰ 'ਤੇ ਭੱਜ ਕੇ ਆਇਆ ਜੀ। ਉਦੋਂ ਨਹੀਂ ਕਿਸੇ ਤੋਂ ਵੀ ਸੀਗੇ ਤੁਹਾਡੇ ਟਾਈਮ 'ਤੇ ਜੇਲ੍ਹਾਂ 'ਚ ਕੋਈ? ਬਹੁਤ ਜੀ, ਜੌਨ ਬੁੱਟਰ ਹੁਣੀ ਹੋ ਗਏ ਆਪਣੇ ਫਰੀਦਕੋਟ ਸੀਗਾ ਜੌਨ, ਉਦਣ ਉਹਦਾ ਦੂਜੇ ਤੀਜੇ ਦਿਨ ਚਲਾਣ ਪੈ ਗਿਆ। ਬਿਸ਼ਨੋਈ ਸਾਹਿਬ ਦੇ ਰਿਸ਼ਤੇਦਾਰ ਸੀਗੇ ਅਮਿਤ ਬਿਸ਼ਨੋਈ ਹੁਣੀ ਬਾਈ ਜੀ, ਹੈ ਜੀ। ਅਤੇ ਗੈਂਗਸਟਰ ਹਾਤੇ ਜਿਹੜੇ ਨੇ ਨਾ ਜੀ, ਉਹ ਅਲੱਗ ਹੁੰਦੇ ਨੇ ਜੀ, ਗੈਂਗਸਟਰਾਂ ਨੂੰ ਹਾਤਿਆਂ 'ਚ ਰੱਖਿਆ ਜਾਂਦਾ, ਜਿਵੇਂ ਚੱਕੀਆਂ ਨੇ ਉਹ ਅੱਡ ਨੇ, ਹਾਤੇ ਗੈਂਗਸਟਰਾਂ ਦੇ ਅੱਡ ਨੇ। ਗੈਂਗਸਟਰਾਂ ਨੂੰ ਐਮ ਆਮ ਉਹ ਸਾਨੂੰ ਜਦੋਂ ਪੇਸ਼ੀ ਪੂਸੀ 'ਤੇ ਆਉਂਦੇ ਸੀ ਉਦੋਂ ਹੀ ਮਿਲਦੇ ਸੀ, ਕਈ ਵਾਰੀ VC ਪੇਸ਼ੀ ਹੁੰਦੀ ਸੀ ਕਿਉਂਕਿ ਕੋਵਿਡ ਕਰਕੇ VC ਪੇਸ਼ੀਆਂ ਪੈਂਦੀਆਂ ਸੀ, ਗੈਂਗਸਟਰ ਸਾਨੂੰ ਉੱਥੇ VC ਪੇਸ਼ੀ 'ਤੇ ਮਿਲਦੇ ਹੁੰਦੇ ਸੀ, ਹਾਏ ਹੈਲੋ ਉੱਥੇ ਹੀ ਹੁੰਦੀ ਸੀ, ਉਹਨੂੰ ਪਤਾ ਹੁੰਦਾ ਸੀ NRI ਆ NRI, ਉਹਨਾਂ ਨੂੰ ਪਤਾ ਹੁੰਦਾ ਸੀ ਉਹ ਫੱਗੂ ਵਾਲੀ ਆ ਇੱਥੇ ਆ, ਅਤੇ ਉਹ ਕਿਸੇ ਨੂੰ ਉਹਨਾਂ ਨੇ ਕਹਿ ਦੇਣਾ ਯਾਰ ਉਹਨੂੰ ਕੋਈ ਲੋੜ ਹੋਵੇ ਦੱਸਿਓ, ਇੱਕ ਮੁੰਡਾ ਮਨੀ ਆ ਧਨੌਲੇ ਤੋਂ ਪੰਡਤਾਂ ਦਾ, ਇੱਥੇ ਮੇਰੇ ਕੋਲ ਕਨੇਡਾ ਉਹ ਰਹਿ ਕੇ ਵੀ ਗਿਆ, ਉਹਨੇ 2-3 ਵਾਰੀ ਸੁਨੇਹਾ ਘੱਲਿਆ, ਉਹ ਤੋਂ ਵੀ ਮਰਡਰ ਹੋ ਗਿਆ ਸੀ ਮੋਹਾਲੀ ਇੱਕ, ਵੀ ਯਾਰ ਜੇ ਉਹਨੂੰ ਲੋੜ ਹੋਵੇ ਦੱਸਿਓ, ਮੇਰਾ ਬੜਾ ਪ੍ਰੇਮ ਸੀ ਉਹ ਮੁੰਡੇ ਨਾਲ। ਅਤੇ ਐਂ ਕਰਕੇ ਬਹੁਤ ਸੀਗੇ ਜੀ, ਫਰੀਦਕੋਟ ਵੀ ਬਹੁਤ ਸੀ ਮੁੰਡੇ ਗੈਂਗਸਟਰ, ਅਤੇ ਉੱਥੇ ਵੀ ਬਹੁਤ ਸੀਗੇ ਜੀ, ਕਲਾਸ 1 ਵਾਲੇ 2 ਵਾਲੇ ਸਾਰੇ ਇਹ ਉੱਥੇ ਸੀਗੇ ਜੀ, ਬਿਲਕੁਲ ਮਿਲਿਆ ਜੀ ਮੈਂ ਇਹਨਾਂ ਨੂੰ, VC ਪੇਸ਼ੀ 'ਤੇ ਮੁਲਾਕਾਤ ਹੁੰਦੀ ਸੀ। ਓਕੇ, ਹਾਂਜੀ, ਬਾਹਰ ਪੇਸ਼ੀਆਂ ਜਾਂਦੀਆਂ ਨੇ ਜੀ, ਬਾਹਰ ਪੇਸ਼ੀਆਂ ਤੋਂ ਇੰਨਾ ਕੁ ਸਮਾਨ ਆਉਂਦਾ, ਇੱਕ ਵਰਡ ਆ ਜੀ ਜੇਲ੍ਹ ਦੇ ਵਿੱਚ ਡਿੱਗੀ, ਜਿਹੜੇ ਜੇਲ੍ਹਾਂ 'ਚ ਕੋਈ ਇੰਟਰਵਿਊ ਉਹਨਾਂ ਕੋਲ ਪਹੁੰਚੂਗੀ ਉਹ ਹੱਸਣਗੇ ਇਸ ਚੀਜ਼ ਨੂੰ,
ਕਈ ਬੰਦੇ ਇਹੋ ਜਿਹੇ ਨੇ ਵੀ ਜਿਹੜੇ ਆਪਦੇ ਬਾਡੀ ਪਾਰਟ ਦੇ ਵਿੱਚ ਬਹੁਤ ਦੋ ਦੋ ਕਿਲੋ ਸਮਾਨ ਪਾ ਕੇ ਲਿਆਉਂਦੇ ਨੇ, ਸ਼ੈਂਪੂ ਦੀ ਪੁੜੀ ਲੈ ਜਾਂਦੇ ਨੇ ਨਾਲ, ਕਿਉਂਕਿ ਅੰਦਰ ਕੰਟੀਨ ਆ ਜੀ, ਉਹ ਅੰਦਰ ਜਿਹੜੇ ਬਖਸ਼ੀਖਾਨੇ ਬਣੇ ਆ ਕੋਰਟਾਂ 'ਚ ਉਹਨਾਂ ਦੇ ਰੋਸ਼ਨ ਰੋਸ਼ਨਦਾਨ ਇਹੋ ਜਿਹੇ ਹੁੰਦੇ ਟੁੱਟੇ ਟੱਟੇ, ਅਤੇ ਉਹ ਜਿਹੜੇ ਪਹਿਲਾਂ ਹੀ ਬੰਦੇ ਨੂੰ ਦੱਸ ਦਿੰਦੇ ਨੇ ਵੀ ਇੰਨਾ ਸਮਾਨ ਹੈ, ਲਪੇਟ ਕੇ ਗੁੱਲਾ ਬਣਾ ਕੇ ਉੱਥੇ ਰੱਖਦੀ। ਫਾਜ਼ਿਲਕਾ ਤੋਂ ਬੰਦਾ ਸੀ ਸਾਡੇ ਨਾਲ ਫਿਰੋਜ਼ਪੁਰ ਜ਼ਿਲ੍ਹੇ, ਉਹਨੂੰ ਕਹਿੰਦੇ ਸੀ ਚਿੱਲੂ, ਓਕੇ, ਬਹੁਤ ਮੋਟਾ ਕੁੜੀ ਯਾਰ, ਕਲੋ ਟੋਂਟੋਂ ਹੀ ਸੀਗੀ ਹਿੰਦੀ ਫਿਲਮ ਵਾਲੀ, ਓਕੇ, ਅਤੇ ਦੋ ਕਿਲੋ ਸਮਾਨ ਜੀ ਉਹ ਲੈ ਆਉਂਦਾ ਸੀ ਆਪਦੇ, ਚਿੱਟਾ ਪਾਇਆ, ਫੀਮ ਪਾਈ, ਗਾਂਜਾ ਬਹੁਤ ਪੀਂਦੇ ਨੇ ਜੀ ਫਿਰੋਜ਼ਪੁਰ, ਮੈਂ ਦੇਖਿਆ ਗਾਂਜਾ ਬਹੁਤ ਪੀਂਦੇ, ਉਹ ਪਾਇਆ, ਉਹਨੂੰ ਗੁੱਲਾ ਜਿਹਾ ਬਣਾ ਲੈਂਦੇ ਨੇ ਜੀ, ਐਂ ਮੋਟਾ ਦੇ ਚਾੜ ਲਾ, ਤਾਂ ਕਈ ਵਾਰੀ ਪੁਲਿਸ ਪਾਤਾਲ ਦੀ ਨਿਗਾਹ ਪੈ ਜਾਂਦੀ ਹੈ ਜਾਂ ਕਦੋਂ, ਹੁਣ ਬੰਦਾ ਉਹ ਲੱਭਦਾ ਥੱਕ ਜਾਂਦਾ ਲੱਗ ਗਿਆ, ਉਹ ਵੀ ਸਮਾਨ ਤਾਂ ਨੇ ਕੋਈ ਚੱਕਿਆ ਤੇ ਗਿਆ ਕਿੱਧਰ। ਇੱਕ ਬੰਦੇ ਨੇ ਕਹਾਣੀ ਸੁਣਾਈ ਜੀ, ਕਹਿੰਦਾ ਜੀ ਇੱਕ ਵਾਰੀ ਮੈਨੂੰ ਲੇਡੀ ਪੁਲਿਸ ਵਾਲੀ ਨੇ ਦੇਖ ਲਿਆ, ਕਹਿੰਦਾ ਜੀ ਉਹ ਸਾਰੇ ਰਾਹ ਮੈਨੂੰ ਕਹਿੰਦੀ ਆ ਵੀ ਕੋਈ ਨੀ ਡਿਊਟੀ 'ਚ ਤਾਂ ਫਸੇਗਾ, ਜੇ ਤੂੰ ਲੁਕੋਇਆ ਵੀ ਆ ਕਿਤੇ ਡਿਊਟੀ 'ਚ ਤਾਂ ਫਸੇਗਾ, ਡਿਊਟੀ 'ਚੋਂ ਕਿਵੇਂ ਨਿਕਲੇਗਾ। ਕਹਿੰਦਾ ਜਦੋਂ ਮੈਂ ਡਿਊਟੀ 'ਚੋਂ ਵੀ ਲੰਘ ਗਿਆ ਉਹ ਸਕੈਨਰ 'ਚ, ਉਹ 'ਚ ਕੀ ਆਉਣਾ ਜੀ ਜਦੋਂ ਬੈਟਰੀ ਹੈ ਨੀ, ਗੁਰੂ ਫੋਨ ਦੇ ਵਿੱਚ ਬੈਟਰੀ ਐਡ ਹੋ ਜਾਂਦੀ ਉਹਦੀ। ਕਹਿੰਦਾ ਜਦੋਂ ਮੈਂ ਡਿਊਟੀ 'ਚ ਪਤਾ ਹੁੰਦਾ ਸਾਰਾ ਇਹਨਾਂ ਨੂੰ ਐਵੇਂ ਡਰਾਮੇ ਜੀਆਂ ਕਰਦੇ ਰਹਿੰਦੇ, ਹਾਂ ਸਾਡੀ ਡਿਊਟੀ ਲਾ ਦੋ, ਇੱਥੇ ਲਾ ਦੋ, ਜੇਲ੍ਹ 'ਚ ਵੀ ਆਈਆਂ ਜੀ ਡਿਊਟੀਆਂ ਲਵਾਉਂਦੇ ਆ ਜੀ ਪ੍ਰੋਪਰ, ਟਾਵਰਾਂ ਤੇ ਜਿਹੜੇ ਨੇ ਜੀ ਉਹ ਆਪ ਫੈਂਕਾ ਸਿੱਟਦੇ ਨੇ ਜੀ ਬਾਹਰੋਂ, ਕਿਉਂਕਿ ਉਹਨਾਂ ਨੇ ਬਾਹਰੋਂ ਬਾਹਰ ਜਾਣਾ ਹੁੰਦਾ, ਜੇਲ੍ਹ ਦੇ ਮੋਟਰਸਾਈਕਲ ਤੇ ਟਾਵਰ ਤੇ ਚੜ੍ਹਦਾ ਹੁੰਦਾ, ਉਹ ਆਪ ਸਮਾਨ ਸਿੱਟਦੇ ਨੇ ਜੀ ਉੱਤੋਂ, ਓਕੇ, ਤੇ ਜੇਲ੍ਹ 'ਚ ਬਾਈ ਜੀ ਜੁਗਾੜ ਇੰਨੇ, ਮੈਂ ਕਹਿੰਦਾ ਵੀ ਜੇਲ੍ਹ 'ਚ ਜਿਹੜੇ ਬਾਹਰੋਂ ਰੱਸੇ ਉੱਤੋਂ ਰੱਸੇ ਲਮਕਾ ਕੇ ਬਾਹਰੋਂ ਸਮਾਨ ਲੈ ਲੈਂਦੇ ਉਹਨਾਂ ਤੇ ਅੰਦਰ ਸਿੱਟ ਦਿੰਦੇ ਆ, ਨਹੀਂ ਉਹ ਵੀ ਉਹ ਤਾਂ ਬੈਗਾਂ 'ਚ ਲੈ ਜਾਂਦੇ ਨੇ ਕਿਉਂਕਿ ਉਹਨਾਂ ਨੇ ਬਾਹਰੋਂ ਬਾਹਰ ਜਾਣਾ ਟਾਵਰ ਤੇ, ਓਕੇ, ਇੱਕ ਵਾਰੀ ਅੰਦਰ ਦੀ ਤਲਾਸ਼ੀ ਕਰਾ ਜਾਂਦੇ ਨੇ ਉਹ ਮੁੜ ਕੇ ਆਪਦੇ ਮੋਟਰਸਾਈਕਲ ਤੇ ਜਾ ਕੇ ਬਾਹਰ ਦੀ ਜਾਂਦੇ, ਚਾਹੇ ਰੱਖ ਜਾਂਦੇ ਉਹਨੇ ਕਿਤੇ। ਪਰ ਜਿਹੜਾ ਜੇਲ੍ਹ ਦਾ ਸਿਸਟਮ ਆ ਨਾ ਜੀ, ਇੱਕ ਤਾਂ ਸੇਫ ਹਾਊਸ ਨੇ ਜੇਲ੍ਹਾਂ, ਗੈਂਗਸਟਰਾਂ ਵਾਸਤੇ ਤਾਂ ਖਾਸ ਕਰ ਸੇਫ ਹਾਊਸ ਨੇ ਜੇਲ੍ਹਾਂ, ਆਪਾਂ ਕਹੀਏ ਐਵੇਂ ਜੇਲ੍ਹਾਂ। ਦੂਸਰਾ, ਲੋਕਾਂ ਨੇ ਹੁਣ ਬੜੀ ਕੰਟਰੋਵਰਸੀ ਪੈਦਾ ਹੋਈ ਜਦੋਂ ਕੈਨੇਡਾ ਨੇ 2.5 ਗ੍ਰਾਮ ਫੀਮ ਤੇ ਫੈਂਟਾ ਰੱਖਣ ਦੀ ਇਜਾਜ਼ਤ ਦਿੱਤੀ ਨਾ ਜੀ, ਇਹ ਦੇਸ਼ ਨੇ ਜਿਹੜੇ 100 ਸਾਲ ਅੱਗੇ ਸੋਚਦੇ ਨੇ, ਇਹ 2-2 ਗ੍ਰਾਮ ਵਾਲਿਆਂ ਤੇ ਆਪਦੀ ਐਨਰਜੀ ਵੇਸਟ ਨਹੀਂ ਕਰਦੇ ਖਾਣ ਪੀਣ ਵਾਲਿਆਂ ਤੇ। ਹਾਂਜੀ, ਇਹ ਤਾਂ ਕਹਿੰਦੇ ਨੇ ਇਹਨਾਂ ਨੇ ਤਾਂ ਟੀਕਿਆਂ ਦੇ ਇੱਥੇ ਡਿਸਪੈਂਸਰੀਆਂ ਸਾਡੇ ਖੋਲੀਆਂ ਹੋਈਆਂ ਨੇ ਜੀ, ਸੇਫ ਟੀਕਾ ਕੱਢੋ, ਨਵਾਂ ਲਾਓ ਤੇ ਆਪਦੇ ਨਜ਼ਾਰੇ ਲਓ। ਪਰ ਉਹ ਇਹ ਨਹੀਂ ਵੀ ਉਸ ਚੀਜ਼ ਨਾਲ ਸਾਰੇ ਡਰੱਗੀ ਬਣ ਗਏ। ਮੈਂ ਭੰਗ ਦੀ ਖੇਤੀ ਕਰਦਾ ਜੀ, ਇੰਨਾ ਟਾਈਮ ਹੋ ਗਿਆ, ਮੇਰੇ ਬੱਚੇ ਫਾਰਮਾਂ ਤੇ ਪਲੇ ਨੇ, ਕੋਈ ਨੀ ਲੱਗਿਆ ਵੀ ਉਹ ਭੰਗ ਪੀਣ ਲੱਗ ਗਏ ਜੀ, ਨਸ਼ੇੜੀ ਹੋ ਗਏ, ਗਜੇੜੀ ਹੋ ਗਏ, ਬੇਟੀ ਲਾਅ ਕਰ ਰਹੀ ਹੈ, ਲਾਇਰ ਬਣ ਜੂਗੀ। ਉਹ ਕਹਿੰਦੇ ਆ ਨਾ ਪੁਰਾਣੀ ਕਹਾਵਤ, ਹਲਵਾਈ ਕਰੇ ਆਪ ਮਠਿਆਈ ਨਹੀਂ ਖਾਂਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਬੰਦੇ ਨੂੰ ਜਿੰਨਾ ਜਿਹੜੀ ਚੀਜ਼ ਤੋਂ ਦੂਰ ਰੱਖੋਗੇ ਉਹਦਾ ਕਰੇਜ਼ ਵਧੂਗਾ ਉਹਨੂੰ। ਬਿਲਕੁਲ, ਮੈਨੂੰ ਪਿਸਤੌਲਾਂ ਨਾਲ, ਹਲਾਸਲੇ ਨਾਲ ਬਹੁਤ ਪਿਆਰ ਆ ਜੀ, ਕੁੱਤਿਆਂ ਨਾਲ, ਵੱਡੇ ਵੱਡੇ ਗੱਦੀ ਕੁੱਤੇ ਚੀਨ ਤੋਂ ਮੰਗਾਉਣੇ ਹਸਲੇ ਨਾਲ। ਮੇਰੇ ਮਦਰ ਨੇ ਕਹਿਣਾ ਆਹ ਤੇਰਾ ਮੁੰਡਾ ਜਵਾਨ ਹੋਈ ਜਾਂਦਾ, ਇਹ ਕਿਤੇ ਚੱਕ ਕੇ ਲੈ ਜੂ, ਸਕੂਲੇ ਲੈ ਜੂ। ਮੈਂ ਇਹਨੂੰ ਕਹਿਣਾ ਨਾ ਜੀ, ਦੇਖੋ ਸਾਡੇ ਘਰੇ ਪਿਸਟਲ ਹੁੰਦੇ ਦਾਦਾ ਜੀ ਦੇ, ਸਾਡੀ ਮੰਮੀ ਜਿੰਦੇ ਲਾਲਾ ਰੱਖਦੀ, ਮੈਂ ਉਹ ਫਿਰ ਵੀ ਕਿਤੇ ਨਾ ਕਿਤੇ ਚਾਬੀ ਲੱਭ ਕੇ ਉਹ ਕੱਢ ਲੈਣਾ ਜੀ, ਜੋੜ ਲੈਣੀ, 12 ਬੋਰ ਜੋੜ ਲੈਣੀ, ਨਿੱਕੇ ਜਿਹੇ ਹੁੰਦੇ ਨੇ ਜਾਂ ਉਹ ਫਿਰ ਬੜੀਆਂ ਜੁੱਤੀਆਂ ਪੈਣੀਆਂ, ਕਿਉਂ ਕਰੇਜ਼ ਹੁੰਦਾ ਜੀ ਉਹ ਚੀਜ਼ ਦਾ ਵੀ, ਇਹਦੇ ਵਿੱਚ ਦੇਖੀਏ ਕੀ ਆ। ਹੁਣ ਹਲਵਾਈ ਤਾਂ ਹੀ ਉਹਨੇ ਮਿਠਾਈ ਖਾਂਦਾ, ਉਹਨੂੰ ਪਤਾ ਹੁੰਦਾ ਜੀ ਮੈਂ ਕੀ ਪਾਇਆ ਇਹਦੇ ਵਿੱਚ ਜਾਂ ਕਿਵੇਂ ਬਣਾਇਆ, ਉਹ ਆਪਾਂ ਨੂੰ ਤਾਂ ਰੰਗ ਦੇਖ ਕੇ ਲੱਡੂ ਖਾ ਲੈਂਦੇ ਹਾਂ ਆਪਾਂ ਤਾਂ। ਜਦੋਂ ਤੋਂ ਕੱਲ੍ਹ ਲੈ ਕੇ ਆਵਾਂਗੇ ਇਹ ਤਲੜੀ ਦਾ ਦੂਸਰਾ ਹਿੱਸਾ, ਜਿਹਦੇ 'ਚ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਗਏ ਨੇ। ਅਸੀਂ ਕਿਸੇ ਚੀਜ਼ ਨੂੰ ਸੈਂਸੇਸ਼ਨਲਾਈਜ਼ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਜੇ ਬਹੁਤ ਸਾਰੀ ਜਾਂਚ ਹੋਣੀ ਬਾਕੀ ਹੈ, ਪਰ ਇਸ ਬੰਦੇ ਦੀਆਂ ਗੱਲਾਂ 'ਚ ਬਹੁਤ ਸਾਰਾ ਸੱਚ ਲੱਗਦਾ। ਜੇ ਕਿਤੇ ਇਮਾਨਦਾਰੀ ਨਾਲ ਸਹੀ ਜਾਂਚ ਹੋ ਜਾਏ, ਬਹੁਤ ਲੋਕਾਂ ਦਾ ਭਵਿੱਖ ਖਤਰੇ 'ਚ ਪੈ ਸਕਦਾ। ਸੋ ਇੰਤਜ਼ਾਰ ਕਰੋ, ਕੱਲ੍ਹ ਤੱਕ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਜਗਮਨ ਸਿੰਘ ਦੀ ਇੰਟਰਵਿਊ ਦਾ ਦੂਸਰਾ ਭਾਗ ਲੈ ਕੇ। ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।